ਅੱਜ ਆਪਾਂ ਜਾਣੇ ਆ ਤੇ ਹੁਣ ਪਹਿਲਾ ਫਰਜ਼ ਬਣਦਾ ਬਾਈ ਵੀ ਆਪਾਂ ਕਮੇਟੀਆਂ ਦਾ ਸਾਥ ਦਈਏ। ਗਰਾਊਂਡ ਨੰਬਰ 2 ਦੇ ਵਿੱਚ ਬੜਾ ਸੋਹਣਾ ਮੈਚ ਆਉਂਦਾ ਬਰੂਵਾਲੀ ਹਰਗੀ ਵੀਰੇ ਬਰੂਵਾਲੀ ਹਰਗੀ ਜੀ ਉਧਰ ਗੁਰੂ ਦਾ ਲੰਗਰ ਜਿਹੜਾ ਟੁੱਟ ਵਰਤ ਰਿਹਾ ਜੌਂਟੀ ਰੈਸਰ ਜਾ ਵੀਰੇ ਜੌਂਟੀ ਰੈਸਰ ਜਾ ਜੀ कैमरे सामने ललोसी की टीम है जी दूजे पासे यूपी शास्त्री स्कोर पुछ के दस दें बहुत तगड़ा मैच है जी स्कोर बई उधर भोजवाली का गुरमुख आया हो वीर साढ़े नाल एडवोकेट साहब आए हैं दो तीन स्कोर है जी दो तीन दो ललोसी तीन यूपी शास्त्री आल ओपन के मेरे मित्रों मैच करवाए जाएंगे ते वीरों वालों खुले सदे है पर मेरे मित्रों ग्राउंड नंबर 2 दी कहंदे हन आपां कह दिए वी वालीबॉल दे स्टारा दी मेरे मित्रों क्रीम पुजी हुई है अभी चार जो कौन जित गया दसो मेरा वीर बन के चार जो कौन जित गया अंग्रेज वीरे शेरू अजे नहीं पहुंचे वीरे लेट आ जी शेरू अजे नहीं पहुंचे ते जित के फेर आऊंगा भाई आजो जी मरदा हेड दी टीम दा और नाल ही भाई मैं बेनती करदा भरा बन के हर रोज ही तकरीबन आपां गल्लां बोल के चले जांदे आ खिलाड़ी वीर का कोई चंगा मैच लग्या पिंड संगत आई है फिर ही मैचा के पैसे लग सकते ने नहीं तो मेरे मित्रों फिर गलबात जिवें हुण चली जांदा सिस्टम मेरा वीर ये काम औखा हर रोज खेडना बड़ा औखा हो जाता है। हाँ जी सर थोड़ी नाराजगी हो जाती है फिर टीम देखो कुदरती कोई भी गल हरेक जितने लिए आता जिथे भाई शास्त्री का मैच ही चल रहा है जी शास्त्री का मैच ही है कैमरे के सामने ललूसी के प्लेयर करे हुए कमेटी ने क्योंकि कमेटी भी चक्कर भी कोई कसूर नहीं हेलो बनी साइडा दिन हुई इतने नहीं दिन से नहीं हुई ली चार आ जाओ फिर मेरा वीर बन गए जी रूड़िया कातरों दीम चार हो गए जी रूड़िया कातरों दीम चार आ जाने फिर बहुत बहुत धन्यवाद वीर जिंदगी का मान है पर इधर कहते लंबा त्यार बार त्यार है हाँ मुंडे का रामपुर छन्ना पिंड है हेलो हैप्पी ललोसी ते यूपी शास्त्री का मैच है छकला छकिया जो मर्जी तो साहब कह दे मैं छकना थले आ जाऊ सचिन का मैच वरे रहा अजे जी पॉइंट करते हैं पता बराबरी है पॉइंट वरे शेरू वरे अजे नहीं आया जी लेट आ शेरू जे आ राउंड जित गया फिर आऊगा बई तुम जिमें थोड़ा ਔਰ ਇਸ ਤੋਂ ਬਾਅਦ ਆਪਣੇ ਕੋਲੇ ਜਿਹੜੀਆਂ 16 ਟੀਮਾਂ ਬਚਦੀਆਂ ਨੇ 16 ਟੀਮਾਂ ਰਹਿ ਗਈਆਂ ਤੀਜੇ ਰਾਊਂਡ 'ਚ ਬਈ ਪਟਾਕੇ ਫੁੱਲ ਪੈਣਗੇ ਪਟਾਕੇ ਬੜਾ ਟੌਪ ਦਾ ਖੇਡਿਆ ਜਾ ਰਿਹਾ ਹੈ ਸਹਾਰਨ ਮਾਜਰੇ ਵਾਲਾ ਕਹਿੰਦੇ ਜਾਦੂ ਆਇਆ ਹੋਇਆ ਤੇ ਨਾਲ ਮੈਂ ਤਗੜਾ ਵੀ ਹੈ ਰਾਮਪੁਰ ਛੰਨਾ ਵਾਲਾ ਕਹਿੰਦੇ ਲੰਬਾ ਮੇਰੇ ਮਿੱਤਰੋ ਇੱਕ ਟੌਪ ਦੀ ਟੀਮ ਹੈ ਮੈਂ ਵੀ ਬਿਰਦ ਫਿਰ ਅਮਣੀ ਨੂੰ ਭੇਜ ਕਾਪੀ ਫੁੱਲ ਮੇਰੇ ਕੋਲ ਅਮਣੀ ਆਉਣੀ ਕਿੱਥੇ ਜੀ ਬਾਈ ਜੀ ਜਿਹੜੇ ਵੀਰ 2 ਨੰਬਰ ਗਰਾਊਂਡ ਦੇ ਤੇ ਸਟੇਜ ਦੇ ਸਾਹਮਣੇ ਖੜਿਆ ਉਸ ਬਾਹਰ ਹੋ ਜੂਗੀ ਕਾਪੀ ਵੀ ਉਰੀ ਲਿਆ ਦੂੰ ਇੱਥੇ ਸਾਰੇ ਉਰੀ ਆ ਜਾ ਕੁਰਸੀ ਲਿਆ ਆ ਕੁਰਸੀ ਦੇ ਦੇ ਇਹਨੂੰ ਇੱਕ ਰੋ ਰਾਣੀ ਤੇ ਕਾਤਰੋ ਜੀ ਆ ਕੁਰਸੀ ਜਸ ਨਾ ਆ ਕੁਰਸੀ ਫੜੀਏ ਤੋ ਹਾਂਜੀ ਕੁਰਸੀ ਲੈ ਦਿਲ ਸ਼ਾਹ ਇੱਥੇ ਉਹ ਬਾਲ ਓਏ ਲੰਬੇ ਯਾਰ ਸਿਰਾ ਬਾਲ ਮੇਰੇ ਹਿਸਾਬ ਨਾਲ 3 ਤੇ 5 ਚੇਂਜ ਆ ਬਈ 3-5 ਹੀ ਲੰਬੇ
चार बराबर स्कोर है जी, चार बराबर। यूपी शास्त्री ते ललोसी चार बराबर स्कोर बई। एक ते लाइव रे मालवा बेल्ट वाला जी, मीत मान भी आ गया संदोए वाला, शेरू ने वीरे जे जित गई यूपी फिर आ जाना अगले राउंड च। अमनी कृपा करके लाइव को आजे, वीरेंद्र दे लाइव को अमनी आजे, मैं बेनती कर रहा अमनी तां खेडी जांदा है, ठीक है ठीक है जी, कोई चक्कर ਬਾਈ ਜੀ ਜਿਹੜੇ ਵੀਰਾਂ ਖੜੇ ਹੋ ਜੀ, ਭਰਾਵਾਂ ਦੇ ਬਾਰ ਬਾਰ ਬੋਲ ਰਹੇ ਨੇ ਇਧਰਲੇ ਪਾਸੋਂ, ਥੋੜਾ ਪਰੇ ਪਰੇ ਨੂੰ ਹੋ ਜਾਓ ਜੀ, ਸੁਰੇਸ਼ ਮਾੜਾ ਕਰੀ ਵੀਰਾਂ ਨੂੰ, ਕਾਹਲੇ ਮੇਰਾ ਵੀਰ ਬਣ ਕੇ ਥੋੜਾ ਪਰਲੇ ਪਾਸੇ ਨੂੰ ਹੋ ਜਾਓ, ਵੀਰ ਜਿਹੜੇ ਸਪੀਡ ਤੇ ਬੈਠੇ ਉਹ ਕਹਿ ਰਹੇ ਨੇ ਮੇਰਾ ਵੀਰ, ਲੈ ਵੀ ਚਾਰ ਚਾਰ ਦੀ ਬਰਾਬਰੀ ਆ, ਚਾਰ ਤੋਂ ਪੰਜ ਕੌਣ ਕਰਦਾ, ਉਧਰ ਛੋਟੂ ਖੇਡਦਾ ਮੁੰਡਾ ਮਾਜਰੇ ਵਾਲਾ, ਯੂਪੀ ਵਾਲੇ ਮੁੰਡੇ ਆਏ ਨੇ ਨੈਟ ਤੇ ਭੂਲਾ ਖੇਡਦਾ, ਔਰ ਨਾਲ ਮੈਂ ਤੱਕਦਾ ਵੀ ਮੇਰੇ ਮਿੱਤਰੋ ਅੱਜ ਕਹਿੰਦੇ ਗੱਲਬਾਤ ਵੱਡੀ ਬਣੀ ਪਈ ਹੈ, ਇਧਰ ਰਾਮਪੁਰ ਸ਼ਰਨਾ ਵਾਲੇ ਲੰਬੇ ਦੇ ਵੱਡੇ ਚਰਚੇ ਆ, ਜਿੰਨੀਆਂ ਬਣ ਗਈਆਂ ਬੱਲੇ 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 ਹੈ ਲੱਭਿਆ, ਐਣਾ ਕਰ ਮਿੱਤਰਾ ਜਾਦੂ ਜੇ ਬਾਲ ਮਿੱਤਰਾ ਛੱਡੀ ਹੁੰਦੀ ਹੈ, ਤੇ ਗੱਲਬਾਤ ਇਹ ਪੱਕੀ ਆ ਵੀ ਟੱਪਾ ਪੈਣਾ ਥਾਰ ਪੱਕਾ ਜ਼ਰੂਰ ਸੀਗਾ, ਨਾ ਤੇ ਚੰਦਰਿਆ ਲਾਈ ਹੈ ਬਾਲ ਨਾ ਛੱਡੀ ਆ, ਉਹ ਨੰਬਰ ਜਿਹੜਾ ਇੱਕ ਹੋਰ ਜੁੜ ਗਿਆ, ਬਰਾਬਰੀ ਦੇ ਮੈਚ ਆ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ, ਮੇਧਿਆਂ ਚ ਸਿੱਟਣੇ ਜੇ ਚੌਲ ਤੇ ਕੜੀ, ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ, ਉਹ ਜਿਹਨੇ ਬਈ ਸਰਾਬੇ ਦੀ ਕਿਤਾਬ ਨਹੀਂ ਪੜ੍ਹੀ, ਤੇ ਢਿੱਲੋ ਟਾਵੇਂ ਪੈਰ ਛੱਡਦੇ ਨਿਸ਼ਾਨ ਜਿੱਤਦੇ ਆ, ਨਲੂਏ ਦੇ ਚੇਲੇ ਅਫਗਾਨ ਦੇ ਨਾਨਕੇ ਲਾਹੌਰ ਨੀ ਹੁੰਦੇ, ਲਿਮਟਾਂ ਤੇ ਚੱਕੀਆਂ ਨਾ ਜਾਣ ਇੱਜਤਾਂ, ਅਕਲਾਂ ਨੂੰ ਭੇਜਦੇ ਓਹੋ ਕਦੇ ਚੋਰ ਨੀ ਹੁੰਦੇ, ਵਾਹ ਮੁੰਡਿਆ ਇਹ ਆ ਮਾਜਰੇ ਵਾਲਾ ਛੋਟੂ, ਨੰਬਰ ਕਹਿੰਦੇ ਇੱਕ ਤੋਬਲਾ ਜੋੜ ਗਿਆ ਆਪਣੀ ਟੀਮ ਦੇ ਲਈ, ਵਾਹ ਬਈ ਵਾਹ, ਲੰਬਾ ਜੱਟੀਆਂ ਵਾਲਾ ਸਿੰਗਲ ਹੈਂਡ ਦੀਆਂ ਲਾਵੇਗਾ, ਜੋੜਾ ਕਹਿੰਦਾ ਉਹਨੇ 100 ਦੇਵਾਂਗੇ ਆਪਾਂ, ਵੱਡਾ ਬਾਈ ਜੋੜਾ ਕਹਿੰਦਾ ਮਾਨ ਸਨਮਾਨ ਵੱਡੇ ਕਰ ਦਿਆਂਗੇ ਆਪਾਂ, ਔਰ ਸਾਹਮਣੇ ਇੱਕ ਨੰਬਰ ਗਰਾਊਂਡ ਤੇ ਗਿੱਦੜ ਵਾਹੇ ਦੀ ਟੀਮ ਆ ਜਾਓ ਬਾਈ ਜੀ, ਚਾਰ ਦੇ ਲਾਈਵ ਹੈ ਨੀ ਵੀਰੇ, ਚਾਰ ਦੇ ਲਾਈਵ ਹੈ ਨੀ ਜੀ, ਆਹ ਮੈਚ ਨੂੰ ਸ਼ੇਅਰ ਕਰ ਦਿਓ ਵੀਰੇ, ਯੂਪੀ ਸ਼ਾਸਤਰੀ ਤੇ ਲਲੋਸੀ ਬਹੁਤ ਤਗੜਾ ਮੈਚ ਆ ਬਾਈ, ਚਾਰ ਨੰਬਰ ਇੱਕ ਚੋਂ ਕੌਣ ਅਨਸ ਰਾਣਾ ਲੰਬੜਦਾਰ, ਵਧੀਆ ਵਧੀਆ ਬਾਈ, ਉਧਰ ਕੌਣ ਜਿੱਤ ਗਿਆ, ਆਹ ਫੋਨ ਤੇ ਕਰਦੇ ਬਾਈ, ਫੋਨ ਤੇ ਚੱਲਦਾ ਹੈ ਪੱਕਾ ਪਤਾ, ਸ਼ੋਕੀ ਦਾ ਚੱਲਦਾ ਉਹਨੂੰ ਮਾਰ ਲਿਆ ਬਸ, ਸ਼ੋਕੀ ਦਾ ਚੱਲਦਾ ਆਵਣੀ, ਜਾਂ ਕਰਨ ਕੌਣ ਜਿੱਤ ਗਿਆ, ਕਰਨ ਜਾਂਗਲੀ ਸੁੱਖਾ ਜਿੱਤ ਗਈ, ਠੀਕ ਹੈ ਜੀ, ਹਾਂਜੀ ਹਾਂਜੀ, ਗੁਰੂ ਚਹਿਲ ਵੀ ਲਾਈ ਜੁੜ ਗਿਆ ਯੂਕੇ ਵਾਲਾ, ਟੀਮਾਂ 52 ਸੀਗੀਆਂ ਗੁਰੂ ਬਈ, ਟੀਮਾਂ ਹੈਗੀਆਂ ਆਪਣੇ ਕੋਲ ਹੋ ਜਾਣਗੀਆਂ 16-18 ਟੀਮਾਂ ਕਰਾਏ, ਨੀਟੇ ਹੋ ਜੀ ਮਾੜਾ ਸਾਈਡ ਤੇ ਬਈ, ਲਓ ਜੀ ਸਾਈਡਾਂ ਚੇਂਜ ਆ, ਨਾਲ ਹੀ ਥਰਡ ਰਾਊਂਡ ਦੀਆਂ ਟੀਮਾਂ ਦੀ ਤਿਆਰੀ ਆ, ਟੋਟਲ ਟੀਮਾਂ 52 ਹੋਈਆਂ, 52 ਵੀਰੇ 52 ਟੀਮਾਂ ਹੋਈਆਂ ਜੀ, ਨਾਲ ਹੀ ਪ੍ਰੀ ਕੁਆਟਰ ਦੀਆਂ ਟਾਈਆਂ ਪਾਉਣੇ ਆਪਣੇ ਕੋਲ, 16 ਟੀਮਾਂ ਸੀ, ਬਾਜ ਮਾਰ ਕੇ ਪਾਉਣੀਆਂ ਟਾਈਆਂ, ਚੰਗਾ ਲਾਈਵ ਦੇ ਸਾਹਮਣੇ, ਲਾਈਵ ਦੇ ਸਾਹਮਣੇ ਜਵਾਕ ਤੋਂ ਚੁਕਾਉਣੀਆਂ ਪਰਚੀ, ਸਕੋਰ ਸਕੋਰ ਕਿਆ ਹੋਊਗਾ ਬਾਈ, ਸਕੋਰ 9-4 ਤੋਂ ਸਾਈਡਾਂ ਚੇਂਜ ਆ ਜੀ, 9 ਯੂਪੀ ਸ਼ਾਸਤਰੀ, 4 ਲਲੋਸੀ ਦੇ, 9-4 ਤੋਂ ਸਾਈਡਾਂ ਚੇਂਜ ਆ ਜੀ, ਇੱਕ ਤੇ ਲਾਈਵ ਹੈਗਾ ਜੀ ਮਾਲਵਾ ਬੈਲਟ ਵਾਲੀਬਾਲ ਲਾਈਵ, ਬਸ ਹੁਣ ਪਟਾਕੇ ਪੈਣਗੇ, ਜੰਗਾਂ ਲੱਗਣਗੀਆਂ ਸਾਰੀਆਂ ਹੀ ਜੰਗਾਂ ਲੱਗਣੀਆਂ ਬਾਈ, ਯਾਰ ਔਰਤ ਜੀ ਕੋਈ ਇੱਕ ਨੀ ਜੰਗ ਲੱਗਣੀ, ਸਾਰੀਆਂ ਜੰਗਾਂ ਵਾਲੇ ਪਲੇਅਰ ਰਹਿ ਗਏ, ਫੁੱਲ ਪਟਾਕੇ ਹੀ ਪੈਣਗੇ 16 ਟੀਮਾਂ ਦੇ, ਸੈਮੀ ਆਪਣੇ ਕੋਈ ਨੀ ਟਾਈਮ ਦੇਖਾ, ਕੋਈ ਨੀ ਕੋਈ ਚੱਕਰ ਨੀ, ਕਰਾ ਆਹ ਖਿੱਚ ਦਈਏ ਬਸ ਆਪਾਂ, ਜਿਹੜੇ ਰਾਊਂਡ ਸੀ ਆ ਦੋ ਆਹੀ ਮੇਨ ਸੀ ਇੱਥੇ, ਇਹ ਖਿੱਚੇ ਗਏ ਟਾਈਮ ਆਪਾਂ, ਕੋਈ ਚੱਕਰ ਨੀ ਤੁਸੀਂ ਸਵਾ, ਕੋਈ ਚੱਕਰ ਨੀ ਆਪਾਂ, ਨੰਬਰੀ ਪਾ ਦੇ ਮੈਂ, ਨੰਬਰੀ ਪਾ ਕੇ ਮੈਨੂੰ ਬਣਾ ਦੇ,
ਮੈਚ ਇੰਨਾ ਲੀਡ ਆ ਯੂਪੀ ਦੀ 9000 ਨਾਲ ਬਾਕੀ ਪੁਆਇੰਟ ਵੀਰੇ 9-4 ਤੋਂ ਸਾਈਡਾਂ ਚੇਂਜ ਹੋਈਆਂ ਜੀ 9 ਯੂਪੀ ਸ਼ਾਸਤਰੀ 4 ਦੂਜੇ ਪਾਸੇ ਲਲੋਸੀ ਦੇ ਕਮਲ ਜੈਪੁਰ ਬਾਈ 28 ਨਿਕਾਲ ਰਹੇ ਮੈਚ ਬਤਾਏਗੇ ਸਭੀ ਟੀਮੋ ਕੇ ਜੀ ਉਹ ਮੈਚ ਲਾਓ ਇੱਕ ਤੇ ਕਿਹੜਾ ਰੈਫਰੀ ਆ ਉਧਰ ਖੜਾ ਰਹਿੰਦੇ ਕੋਈ ਨੀ ਕੱਠ ਨਾਲ ਹੀ ਸੋਹਣਾ ਲੱਗਦਾ ਕੋਈ ਚੱਕਰ ਕੱਠ ਨਾਲ ਹੀ ਗਰਾਉਂਡ ਵਧੀਆ ਜੱਜਦਾ ਥਰਾਜ ਵਾਲਾ ਨਹੀਂ ਆਈ ਵੀਰੇ ਇੱਕ ਤੇ ਮੈਚ ਚਲਾਓ ਗਰਲਾ ਰੋਟੀ ਖਾਣ ਗਿਆ ਚਾਹੀ ਬੜਾ ਕਾਲੇ ਪਿੰਡ ਦੀ ਪਿੰਡ ਹੀ ਜਿੱਤਿਆ ਪਿੰਡ ਵਾਲੀ ਜਿੱਤਿਆ ਚਾਂਗਲੀ ਤੂੰ ਚਾਂਗਲੀ ਸਹੀ ਹੁਣ ਤੂੰ ਕਿੱਥੋਂ ਸਾਦੀ ਤੂੰ ਚਲਾ ਦੇ ਮੈਚ ਚਲਾ ਮੈਚ ਕਰ ਪਥਰੇੜੀ ਟੀਮ ਪਹੁੰਚੇ ਗਰਾਊਂਡ 'ਚ ਹੈਲੋ ਬਾਈ ਪਥਰੇੜੀ ਵਾਲੇ ਆਗੇ 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 ਮੁੰਡੇ ਸ਼ੇਰੂ ਵੀਰੇ ਯੂਪੀ 'ਚ ਆਊਗਾ ਜੀ ਜੇ ਆਹ ਰਾਊਂਡ ਜਿੱਤ ਗਈ ਸ਼ਾਸਤਰੀ ਟੀਮ ਸ਼ੇਰੂ ਨੇ ਆਇਆ ਨਾ ਢਾਬਾ ਵਾਲੇ ਨੇ ਵੀਰੇ ਕੈਮਰੇ ਸਾਹਮਣੇ ਯੂਪੀ ਸ਼ਾਸਤਰੀ ਦੂਜੇ ਪਾਸੇ ਲਲੋਸੀ ਦੀ ਟੀਮ ਆ ਜੀ ਜਾਦੂ ਸਹਾਰਨ ਮਾਜਰਾ ਖੇਡਦਾ ਸਤਿ ਸ਼੍ਰੀ ਅਕਾਲ ਜੀ ਸੁਖਜਿੰਦਰ ਸੋਹੀ ਨਹੀਂ ਨਹੀਂ ਲਵਕੋ ਸਰ ਕੇ ਨਹੀਂ ਆਏ ਦੇਵਰੇ ਨਹੀਂ ਆਏ ਜੀ ਆਸ਼ੂ ਵੀ ਨਹੀਂ ਆਇਆ ਬਈ ਆ ਜਾਣਾ ਉਹਨਾਂ ਦੇ ਪੇਪਰ ਠੀਕ ਹੈ ਅੱਜ ਪੇਪਰ ਠੀਕ ਹੈ ਕਰਮਵੀਰ ਸਾਰਿਆਂ ਦੇ ਬਈ ਨਹੀਂ ਨਹੀਂ ਵੀਰੇ ਨਹੀਂ ਹੋਇਆ ਜੇ ਸਨਮਾਨ ਨਾਲ ਹੀ ਉਹ ਕਰ ਲਓ ਬਈ ਸੁੱਖਾ ਕਿੱਥੇ ਆ ਸੁੱਖੇ ਨੂੰ ਆਵਾਜ਼ ਮਾਰਨਾ ਮਾੜਾ ਜਿਹਾ ਯਾਰ ਹੁਣ ਇਦੋਂ ਬਾਅਦ ਹਨੁਮਾਨ ਜਿਹੜੇ ਪਲੇਅਰ ਗਰਾਊਂਡ ਤੋਂ ਹਨੁਮਾਨ ਕਰੀ ਜਾਵੇ ਬਾਈ ਸੁੱਖੇ ਅਪਰਿੰਦਰ ਲਾਈਵ ਕੋਲੇ ਬਹੁਤ ਸੁੱਖੇ ਸਨਮਾਨ ਕਰਨਾ ਪਿਆ ਇਸ ਦਾ ਬਾਈ ਸੁੱਖੇ ਪਹੁੰਚ ਜਾ ਹੈਲੋ ਸੁਮਿਤ ਉਹ ਮੈਚ ਚਲਾ ਕੇ ਇੱਕ ਨੰਬਰ ਦੇ ਪਾਣੀ ਵਾਲੇ ਬਾਬਾ ਜੀ ਨੂੰ ਮੈਂ ਬੇਨਤੀ ਕਰਦਾ ਜੀ ਗਰਾਊਂਡ ਵਿੱਚ ਪਾਣੀ ਵਿੱਚ ਆਓ ਜੀ ਬਾਈ ਜੀ ਜਿਹੜੀਆਂ ਟੀਮਾਂ ਦੇ ਨਾਂ ਬੋਲਣ ਲੱਗਿਆ ਜੀ ਉਹਨਾਂ ਟੀਮਾਂ ਦਾ ਇੱਕ ਟਾਈਮ ਦੇਖ ਸਕਦਾ ਜੀ ਸ਼ਾਹਪੁਰ ਸੁੱਖਾ ਇੱਕ ਨੰਬਰ ਗਰਾਊਂਡ ਦੀ ਜੇਤੂ ਟੀਮ ਦੋ ਨੰਬਰ ਦੀ ਜੇਤੂ ਤਿੰਨ ਦੀ ਜੇਤੂ ਤੇ ਚਾਰ ਦੀ ਜੇਤੂ ਇਹਨਾਂ ਟੀਮਾਂ ਦਾ ਵੀਰੇ ਇੱਕ ਇੱਕ ਪਲੇਅਰ ਆ ਜਾਓ ਇੱਕ ਨੰਬਰ ਗਰਾਊਂਡ ਦੀ ਬਾਲ ਪਹੁੰਚ ਦੀ ਕਰ ਦੋ ਜੀ ਫੁੱਲ ਫਸਣਗੇ ਮੈਚ ਫੁੱਲ ਵੀਰੇ ਟਾਈਆਂ ਪਾਉਣੇ ਆ ਜੀ ਪੁਆਇੰਟ ਵੀਰੇ ਯੂਪੀ ਸ਼ਾਸਤਰੀ ਲੀਡ ਚੜ ਗਈ ਕਿੰਨੇ ਸਕੋਰ ਇੱਧਰ ਲਾਡੀ ਦਾ ਸਾਈ ਕੀ ਸਕੋਰ ਆ ਜੀ ਗਰਾਊਂਡ ਨੰਬਰ 2011 ਲਾਡੀ ਬਈਆ ਦਾ ਸਨਮਾਨ ਆ ਵੀਰੇ ਜਿਹੜਾ ਵੀਰ ਲੈਣ ਦੇ ਲਈ ਆਇਆ ਸਨਮਾਨ ਨੂੰ ਲੈ ਜੋ ਜੀ ਆ ਕੇ ਬਾਈ ਜੀ ਕਮੇਟੀ ਵਾਲੇ ਵੀਰ ਤੇ ਕਹਿ ਰਿਹਾ ਵੀ ਜਿਹੜੇ ਯਾਰੇ ਦੋ ਨੰਬਰ ਗਰਾਊਂਡ ਚ ਖੜੇ ਆ ਵੀਰ ਉਹ ਬਾਹਰ ਆ ਜਾਓ ਉਧਰ ਪਰ ਪੱਲ ਦੀ ਟੀਮ ਆ ਜਿਹੜੀ ਉਹਨਾਂ ਨੂੰ ਪਤਾ ਵੀ ਵਾਲੀਬਾਲ ਦਾ ਕੰਮ ਕਿੱਦਾਂ ਦਾ ਉਹ ਵੀਰ ਕਹਿ ਰਿਹਾ ਵੀ ਬਹਿ ਜਾਓ ਭਰਾ ਬਣ ਕੇ ਜੇ ਨਹੀਂ ਬਾਹਰ ਹੋਣਾ ਵਾ ਸੋਲਾਂ ਟੀਮਾਂ ਦੀਆਂ ਟਾਈਆਂ ਪਟਾਕੇ ਬਹਿਣਗੇ ਵੀਰੇ ਇਹ ਮੈਚ ਦੇ ਸਕੋਰ ਨੇ 10 ਸੇ ਜੀ 10 ਇੱਕ ਮਿੰਟ ਰੁਕ ਜੀ ਕਈ ਵਾਰ ਟੀਮ ਕੋਈ ਆਉਂਦੀ ਉਹ ਭਰਾ ਵੀ ਲਾਈਵ ਜਿਹੜੇ ਉਸ ਵੀਰ ਦਾ ਵੱਡਾ ਧੰਨਵਾਦ ਹੈ ਪਲੇਅਰ ਤੁਸੀਂ ਜਗਾ ਦਿੰਦੇ ਆਪਾਂ ਨਾ ਕਿਸੇ ਰਾਜ ਗਈ ਪਲੇਅਰ ਦੀ ਸਕਰੀਨ ਬਣੇ ਹਲਿਆ ਦੇ ਗੱਲੀ ਗੱਲੀ ਕਰਦੇ
ਸੁਖਦੀਪ ਚੱਕਦਾ ਚੈਣੇ ਵਧੀਆ ਪਾਉਂਦਾ ਪਟਾਕੇ ਹੁਸਨਰ ਦਾ ਮੈਚ ਹੋਣਾ ਖਨਾਲ ਤੇ ਖੇਡਦੀ ਜੇਤੂ ਨਾਲ ਵੀਰੇ ਬੜਾ ਲਾਈਵ ਮੂਹਰੇ ਖੋਲਿਆ ਕਰ ਪਰਚੀਆਂ ਸੁਖਦੀਪ ਗਰਾਊਂਡ ਦੇ ਅੰਦਰ ਪਰਚੀਆਂ ਲਾਈਵ ਮੂਹਰੇ ਖੋਲਿਆ ਹਾਰਨ ਮਾਜਰਾ ਪਿੰਡ ਹੈ ਤੇ ਵੱਡਾ ਨਾਮ ਹੈ ਵਾਲੀਬਾਲ ਦੀ ਚਾਰ ਨੰਬਰ ਸੁਖੇ ਚਾਂਗਲੀ ਦਾ ਮੈਚ ਹੋਊਗਾ ਜੀ ਚਾਰ ਚੋਂ ਜਿੱਤੂ ਵੀਰੇ ਚਾਂਗਲੀ ਰੂੜੇ ਵਾਲੀ ਤੇ ਕਾਤਰੋਂ ਚੋਂ ਜੇਤੂ ਯੂਪੀ ਸ਼ਾਸਤਰੀ ਤੇ ਲਲੋਸੀ ਚੋਂ ਇਹਦੀ ਟੱਕਰ ਹੋਣੀ ਆ ਬਾਬੇ ਗੌੜੇ ਨਾਲ ਵੀਰੇ ਪੂਰਾ ਤਕੜਾ ਮੈਚ ਲੱਗਣਾ ਜੀ ਬੁਰਜ ਭਲਾਈ ਬਿੰਦੀ ਦਾ ਮੈਚ ਹੋਣਾ ਰੈਸਰ ਦੀ ਟੀਮ ਨਾਲ ਜੀ ਇਹ ਮੈਚ ਵੀ ਤਕੜਾ ਬੁਰਜ ਭਲਾਈ ਬਿੰਦੀ ਤੇ ਰੈਸਰ ਬੁਰਜ ਭਲਾਈ ਬਿੰਦੀ ਤੇ ਰੈਸਰ ਦੀ ਟੱਕਰ ਬੁਰਜ ਭਲਾਈ ਸਿਮਰਾ ਤੇ ਗੰਗਾਨਗਰ ਵਿਸ਼ਵਾਸ ਦਾ ਮੈਚ ਹੋਣਾ ਜੀ ਮਰਦਾ ਹੇੜੀ ਤੇ ਚੈਣੇਵਾਲ ਦੀ ਟੱਕਰ ਹੋਣੀ ਆ ਜੀ ਮਰਦਾ ਹੇੜੀ ਅੰਗਰੇਜ਼ ਤੇ ਚੈਣੇਵਾਲ ਦੀ ਇਹ ਮੈਚ ਵੀ ਤਕੜਾ ਜੇਤੂ ਇੱਕ ਨੰਬਰ ਤੇ ਨੰਦਗੜ੍ਹ ਦੀ ਟੱਕਰ ਹੋਣੀ ਆ ਵੀਰੇ ਨੰਦਗੜ੍ਹ ਤੇ ਰਵੀ ਬਹਾਦਰਗੜ੍ਹ ਤੇ ਸਚਿਨ ਸਤੀਰਾਂ ਵਾਲੀ ਇੱਕ ਨੰਬਰ 'ਚ ਪਥਰੇੜੀ ਦਾ ਮੈਚ ਚੱਲੀ ਜਾਂਦਾ ਕਮਲ ਜੈਪੁਰ ਤੇ ਟੀ ਟੂ ਜੈਪੁਰ ਦਾ ਮੈਚ ਇੱਕ ਨੰਬਰ ਦੀ ਜੇਤੂ ਖੇਡੂ ਨੰਦਗੜ੍ਹ ਨਾਲ ਰਵੀ ਤੇ ਸਚਿਨ ਨਾਲ ਆਹ ਬਾਲਾ ਤਕੜਾ ਜੰਗ ਲੱਗ ਗਈ ਬਈ ਆ ਤਾਂ ਯਾਰ ਇਹ ਮੈਚ ਕਰਾਈਏ ਤੂੰ ਬਾਅਦ ਜੇਤੂ ਇੱਕ ਤੇ ਨੰਦਗੜ੍ਹ ਸ਼ਾਹਪੁਰ ਤੇ ਸ਼ਾਹਪੁਰ ਤੇ ਕਰਾੜ ਦਾ ਮੈਚ ਆ ਜੀ ਆਹ ਮੈਚ ਜ਼ਰੂਰ ਜੇਤੂ ਇੱਕ ਤੇ ਨੰਦਗੜ੍ਹ ਲਓ ਜੀ ਆਪਣੇ ਕੋਲੇ ਅੱਠ ਮੈਚ ਬਣੇ ਆ ਬਈ ਇੱਕ ਨੰਬਰ ਚੋਂ ਪਥਰੇੜੀ ਦਾ ਮੈਚ ਚੱਲੀ ਜਾਂਦਾ ਕਮਲ ਜੈਪੁਰ ਤੇ ਟੀ ਟੂ ਜੈਪੁਰ ਖੇਡਦੇ ਆ ਬਈ ਤਕਰੀਬਨ ਲੀਡ ਆ ਉਹਨਾਂ ਦੀ ਜੇਤੂ ਖੇਡੂ ਰਵੀ ਬਹਾਦਰਗੜ੍ਹ ਤੇ ਸਚਿਨ ਸਤੀਰ ਵਾਲੀ ਨਾਲ ਵੀਰੇ ਨੰਦਗੜ੍ਹ ਦੀ ਟੀਮ ਨਾਲ ਫੁੱਲ ਪਟਾਕੇ ਬਹਿਣਗੇ ਮੈਚ ਬਈ ਹਾਂ ਹਾਂ ਉਹਨਾਂ ਦੀ ਜੇਤੂ ਨੰਦਗੜ੍ਹ ਰਵੀ ਬਹਾਦਰਗੜ੍ਹ ਤੇ ਸਚਿਨ ਸਤੀਰ ਵਾਲੀ ਨਾਲ ਫੁੱਲ ਫਾਈਟ ਉਹ ਤੇ ਪੈਣਗੇ ਪਟਾਕੇ ਪੂਰੇ ਆਹ ਮੈਚ ਦੇ ਵੀ ਫਸਿਆ ਲੱਗਦਾ ਮੈਨੂੰ ਸਕੋਰ ਪੁੱਛੇ ਤੇ ਸਕੋਰ ਬਈ ਸਕੋਰ ਜੀ 2 ਦੇ ਬੜਾ ਕਰੀ ਇਹਨੂੰ ਸਾਈਲੈਂਟ ਛੇਤੀ ਕਰ ਦੇ ਲਓ ਸਾਹਮਣੇ ਗਰਾਊਂਡ ਦੇ ਵਿੱਚ 6 ਤੇ 10 ਤੇ ਮਿੱਤਰਾ 10 ਦੀ ਟੱਕਰਾਂ ਨਾ 6 10 ਸਕੋਰ ਆ ਜੀ 6 10 ਵੀਰੇ ਗਰਾਊਂਡ ਦੇ ਅੰਦਰ 6 ਤੇ 10 ਯੂਪੀ ਸ਼ਾਸਤਰੀ ਦੀ ਟੀਮ ਜਿਹੜੀ ਇਹਨਾਂ ਦੇ ਜਿੱਤ ਜੂ ਬਾਬੇ ਕੋੜੇ ਨਾਲ ਟੱਕਰ ਹੋਣੀ ਆ ਬਈ ਦੂਸਰੀ ਸਾਈਡ ਮੈਂ ਦੇਖਦਾ ਵੀ ਮੁੰਡਿਆਂ ਦਾ ਜ਼ਿਲ੍ਹਾ ਪਟਿਆਲਾ ਪੈ ਜਾਂਦਾ ਹੈ ਔਰ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਆ ਗੱਭਰੂ ਬੱਲੇ ਬੱਲੇ ਕਰਵਾਉਂਦਾ ਹੈ ਨਾਲ ਮੈਂ ਦੇਖਦਾ ਵੀ ਹਰਮਨ ਵਰਗੇ ਮੁੰਡੇ ਆ ਨੈੱਟ ਦੇ ਉੱਤੇ ਖੇਡਦਾ ਮੁੰਡਾ ਸਿੱਖ ਸਰਦਾਰ ਹੈ ਖੇਡਦੇ ਗਾਉਂਦੇ ਇਹਨੂੰ ਦੁਨੀਆ ਕਹਿੰਦੇ ਯਾਦੂ ਕਹਿੰਦੀ ਹੈ ਸਹਾਰਨ ਮਾਜਰਾ ਪਿੰਡ ਹੈ ਪਰ ਇੱਥੇ ਰੱਖ ਵਾਹ ਹੋਏ ਮਿੱਤਰਾ ਆਜ਼ਾਦ ਵਰਗੇ ਮੁੰਡੇ ਆ ਤੇ ਨਾਲ ਕਹਿੰਦੇ ਰਵੀ ਹੈ ਪਰ ਆਜ਼ਾਦ ਨੇ ਗਲਤੀ ਕਰ ਦਿੱਤੀ ਹੈ ਰਵੀ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਬਹੁਤ ਸੋਹਣਾ ਮਾਲਾ ਹੈ ਸਾਡੀ ਜ਼ਿੰਦਗੀ ਦਾ ਪਿਆਰਾ ਮਿੱਤਰਾ ਪਰ ਸ਼ਾਸਤਰੀ ਜੀ ਫੇਰ ਤਿਆਰ ਬਾਰ ਤਿਆਰ ਨੇ ਮੈਂ ਸਾਰੇ ਲੰਬੇ ਜਾਣਗੇ ਬਾਹੋ ਮੈਚ ਰੱਖ ਲਈ ਜਿਹੜਾ ਤਕੜਾ ਤੈਨੂੰ ਆਪ ਹੀ ਪਤਾ ਸਮਝ ਗਿਆ ਗੱਲ ਮੈਨੂੰ ਜਿਹੜਾ ਮਰਜ਼ੀ ਬੋਲ ਦੇ ਉਧਰ ਯੋਧਾ ਸਾਡਾ ਭਰਾ ਕਹਿੰਦਾ ਵੀ ਰਾਮਪੁਰ ਛੰਨਾ ਵਾਲਾ ਲੰਬਾ ਜਿੰਨੀਆਂ ਸਿੰਗਲੈਂਡ ਦੀ ਸਮੈਸ਼ ਮਾਰਦਾ ਤੇ ਭਾਈ ਅੱਜ ਕਮੈਂਟ ਲੱਗਣਗੇ ਕਿਉਂਕਿ ਥੋੜੀ ਜ਼ਿੰਮੇਵਾਰੀ ਵੀ ਆ ਪਿੰਡ ਦੇ ਟੂਰਨਾਮੈਂਟ ਕਰਕੇ ਜੀ ਕਮੈਂਟ ਵੀ ਲੱਗਣਗੇ ਅੱਜ ਭਾਈ ਔਰ ਨਾਲ ਹੀ ਵੀਰੇ ਅਗਲੇ ਮੈਚ ਨੋਟ ਕਰ ਲਓ ਕੈਮਰੇ ਸਾਹਮਣੇ ਯੂਪੀ ਸ਼ਾਸਤਰੀ ਵਿਦ ਸ਼ੇਰੂ ਸੌਰੀ ਛੋਟੂ ਮਾਜਰਾ ਤੇ ਸ਼ੇਰੂ ਨੇ ਆ ਜਾਣਾ ਜੀ ਜਿਹੜੀ ਇਹਨਾਂ ਚੋਂ ਜਿੱਤ ਗਈ ਉਹਨੇ ਖੇਡਣਾ ਹੈ ਜਿਹੜੀ ਟੀਮ ਜਿੱਤੇਗੀ ਖਨਾਲ ਤੇ ਖੇਡ ਬਾਬੇ ਕੌੜੇ ਨਾਲ ਅੱਗੇ ਵੀ ਪਟਾਕੇ ਪੈਣੇ ਆ ਪੂਰੇ ਰੈਸਰ ਦੀ ਚੌਂਟੀ ਤੇ ਲੱਡੂ ਆ ਬਾਈ ਸੁੱਖੇ ਨਾਲ ਮੈਚ ਆ ਜਿਹੜੀ ਟੀਮ ਜਿੱਤੇਗੀ ਰੂੜਿਆਂ ਵਾਲੀ ਤੇ ਕਾਤਰੋਂ ਦੇ ਵਿੱਚੋਂ ਜੀ ਬਾਬੇ ਕੌੜੇ ਦਾ ਮੈਚ ਆ ਜਿਹੜੀ ਟੀਮ 2 ਨੰਬਰ ਗਰਾਊਂਡ ਚੋਂ ਜਿੱਤੇਗੀ ਯੂਪੀ ਸ਼ਾਸਤਰੀ ਦਾ ਮੈਚ ਜਿਹੜਾ ਆਊਗਾ ਆਊਗਾ ਵੀਰੇ ਲਲੋਸ਼ੀ ਦੀ ਟੀਮ ਦੇ ਨਾਲ ਜਿਹੜੀ ਇਹਨਾਂ ਤੋਂ ਜਿੱਤ ਗਈ ਟੀਮ ਉਹਨੇ ਖੇਡਣਾ ਬਾਬੇ ਕੌੜੇ ਦੇ ਨਾਲ ਬੁਰਜ ਭਲਾਈ ਬਿੰਦੀ ਤੇ ਰਾਇਸਰ ਦੀਆਂ ਟੀਮਾਂ ਖੇਡਣਗੀਆਂ ਬੁਰਜ ਭਲਾਈ ਬਿੰਦੀ ਤੇ ਰਾਇਸਰ ਬੁਰਜ ਭਲਾਈ ਸਿਮਰਾਂ ਤੇ ਗੰਗਾਨਗਰ ਵਿਸ਼ਵਾਸ ਔਰ ਮਰਦਾ ਹੇੜੀ ਦਾ ਮੈਚ ਆ ਚੈਣੇਵਾਲ ਦੀ ਟੀਮ ਦੇ ਨਾਲ
ਜਿਹੜੀ ਟੀਮ ਗਰਾਊਂਡ ਨੰਬਰ 1 ਚੋਂ ਜਿੱਤ ਗਈ ਉਹਦਾ ਪੇਚਾ ਨੰਦਗੜ੍ਹ ਦੀ ਟੀਮ ਦੇ ਨਾਲ ਹੈ ਜਿਹੜੇ ਜਿੱਤ ਗਏ ਗਰਾਊਂਡ ਨੰਬਰ 1 ਚੋਂ ਅੱਗੇ ਨੰਦਗੜ੍ਹ ਦੀ ਟੀਮ ਦੇ ਨੇ ਸ਼ਾਹਪੁਰ ਦਾ ਮੈਚ ਹੈ ਕਰਾਰ ਦੀ ਟੀਮ ਦੇ ਨਾਲ ਹੈਲੋ ਉਧਰ ਮੇਰੀ ਬੇਨਤੀ ਹੈ ਓਕੇ ਜੀ ਵੀਰੇ ਬਹੁਤ ਬਹੁਤ ਧੰਨਵਾਦ ਹੈ ਪਰ ਇਧਰ ਲੱਗਦਾ ਹੋਇਆ ਚੋਰ ਮਿੱਤਰਾਂ ਬੇਲਾ ਭਰ ਜੁਗਣ ਦੇ ਉੱਤੇ ਆ ਔਰ ਨਾਲ ਹੀ ਸਾਡੇ ਪ੍ਰਬੰਧਕ ਵੀਰ ਕਹਿ ਰਹੇ ਆ ਕਮੇਟੀ ਵਾਲੇ ਵੀਰ ਵੀ ਆ ਜਿਹੜੇ ਹੁਣ ਆਪਣੇ ਕੋਲੇ ਅਗਲੇ ਮੈਚ ਨਿਕਲੇ ਆ ਜੀ ਚੈਣੇਵਾਲ ਦਾ ਮੈਚ ਮਰਦਾ ਹੇੜੀ ਨਾਲ ਵੀਰੇ ਇੱਕ ਬੈਸਟ ਖਿਡਾਰੀ ਕੱਢਿਆ ਜਾਵੇਗਾ ਔਰ ਉਹਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਇਆ ਕਰਨਾ ਹਰ ਇੱਕ ਮੈਚ ਦੇ ਵਿੱਚੋਂ ਇੱਕ ਬੈਸਟ ਖਿਡਾਰੀ ਉਹ ਰੈਫਰੀਆਂ ਦੀ ਡਿਊਟੀ ਹੋਵੇਗੀ ਉਹ ਦੇਖਣਗੇ ਪ੍ਰਦਰਸ਼ਨ ਕੀਤਾ ਉਹਨਾਂ ਖਿਡਾਰੀਆਂ ਦੇ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਇਆ ਕਰਨਗੇ ਨੰਬਰ ਦੇ ਦੱਸੋ ਕਿੰਨੇ ਕਿੰਨੇ ਆ ਜੀ ਦੋ ਨੰਬਰ ਗਰਾਊਂਡ ਦੇ ਪੁਆਇੰਟ ਦੱਸੋ ਕਿੰਨੇ ਕਿੰਨੇ ਨੇ ਹੈਲੋ ਆਹ ਬਾਲ ਬਾਈ ਲੰਬੇ ਨੇ ਮਾਰੀ ਆ ਤੇ ਬਾਈ ਜੋਧਾ ਕਹਿੰਦਾ ਵੀ ਆਪਣੇ ਵੱਲੋਂ ਇੱਕ ਸਾਲ ਜਿਹੜਾ ਉਹ ਵੀਰ ਲੰਬੇ ਦੇ ਲਈ ਪੁੱਜਦਾ ਕੀਤਾ ਗਿਆ ਲਓ ਸਾਹਮਣੇ 7 ਤੇ 10 ਦੀ ਟੱਕਰ ਆ 7 10 ਸਕੋਰ ਆ ਜੀ 7 10 ਵੀਰੇ 7 ਲਲੋਸੀ 10 ਯੂਪੀ ਸ਼ਾਸਤਰੀ ਯੂਪੀ ਵਾਲਿਆਂ ਦੇ 7 ਤੇ 10 ਦੀ ਟੱਕਰ ਆ ਓਏ ਹਾਰਨ ਮਾਜ ਰਹੇ 10 ਤੇ 7 6 ਬਰੂ ਵਾਲੀ ਹਰ ਗਈ ਵੀਰੇ ਟੀਮ ਇਧਰਲੇ ਪਾਸੇ ਹੁਸਨਰ ਜਿੱਤ ਗਈ ਵੀਰੇ ਜਿੱਤ ਗਈ ਸੀ ਜੀ ਖੇਡਦੇ ਨੇ ਹੁਸਨਰ ਦਾ ਮੈਚ ਦੱਸਦੇ ਆ ਕਿਹਦੇ ਨਾਲ ਆ ਹੁਣ ਟੂਰਨਾਮੈਂਟ ਤੋਂ ਬੜਾ ਦੂਰ ਕਰ ਦੇਣਾ ਇੱਕ ਨੰਬਰ ਹਾਂਜੀ ਹਾਂਜੀ ਸੁਖਿੰਦਰ ਸੋਈ ਨਵੇੜ ਦੇਾਂਗੇ 12 ਵਜੇ ਨੂੰ ਸੁੱਕ ਰੱਖੇ ਬਾਬਾ ਟਾਈਆਂ ਪੈ ਗਈਆਂ ਗੋਲਡੀ ਪੈ ਗਈਆਂ ਵੀਰੇ ਪ੍ਰੀ ਕੁਆਟਰ ਦੀਆਂ ਸ਼ਾਹਪੁਰ ਤੇ ਕਰਾਨ ਵਾਲੇ ਮੁੰਡੇ 3 ਨੰਬਰ ਗਰਾਊਂਡ ਦੇ ਵਿੱਚ ਆਉਣਗੇ ਦੋ ਜੀ ਉਹ ਕਿੱਥੇ ਬੜਾ ਆਹ ਗਰਾਊਂਡ ਤੇ ਚੰਗੀ ਤਰ੍ਹਾਂ ਪਾਣੀ ਛਿੜਕ ਲੋ ਇਹਦਾ ਲਓ ਸਾਹਮਣੇ ਗਰਾਊਂਡ ਦੇ ਵਿੱਚ ਮੈਚ ਬੜੇ ਜਾਨਦਾਰ ਖੇਡੇ ਜਾ ਰਹੇ ਆ 3 ਨੰਬਰ ਗਰਾਊਂਡ ਦੇ ਵਿੱਚ ਵੀ ਮੇਰੇ ਮਿੱਤਰਾਂ ਆਹ ਵਾਲੀਬਾਲ ਦੀ ਕ੍ਰੀਮ ਲੱਗੀ ਹੋਈ ਆ ਆਹ ਲੋਕਾਂ ਦੀ ਨਿਗਾਹ ਜਿਹੜੀ ਉਹ ਗਰਾਊਂਡ ਨੰਬਰ 2 ਦੇ ਉੱਤੇ ਟਿਕੀ ਹੋਈ ਆ ਇਹ ਜੋ ਦੁਨੀਆ ਜਗਨ ਕਹਿੰਦੀ ਆ ਜਿਹੜੇ ਨੇ ਹੁਣ ਮਿੱਤਰਾਂ ਬਾਲ ਰੈਸਰ ਦਾ ਮੈਚ ਜਾਦੂ ਦੀ ਟੱਕਰ ਆ ਗਰਾਊਂਡ ਦੇ ਮੁਰਜ ਭਲਾਈ ਨਾਲ ਆ ਵੀਰੇ ਬਾਜਰੇ ਦੀ ਧਰਤੀ ਦਾ ਬਾਈ ਅੰਕਿਤ ਦਾ ਮੈਚ ਲੀਡ ਆ ਅੰਕਿਤ ਕੀ ਉਸ ਮੈਚ ਮੇ ਬਾਈ ਜੋਨ ਮੇ ਸੇ ਜੀਤੇਗਾ ਰਵੀ ਬਹਾਦਰਗੜ੍ਹ ਔਰ ਸੱਜਣ ਸਤੀਰਾ ਕਲੀ ਕੇ ਸਾਹ ਟੱਕਰ ਹੋ ਗਈ ਬਾਈ ਤੇ ਗਰਾਊਂਡ ਦੇ ਅੰਦਰ ਆਓ ਅਗਲਾ ਮੈਚ ਹੀ ਕਰਾਏਗੇ ਉਸ ਕੋ ਅਗਲਾ ਮੈਚ ਹੀ ਵੀ 8 ਹੋ ਗਏ ਨੰਬਰ ਚੈਣੇ ਅੱਜ 7 ਤੇ ਸਣੀ ਬਾਈ ਕਿੰਨੇ 8 ਹੋ ਗਏ ਬਾਈ ਜੀ 7 ਤੇ 10 ਹੀ ਆ ਬਾਲ ਜਿਹੜੀ ਚੇਂਜ ਹੋਈ ਆ ਮਿੱਤਰਾ ਨਾਲ ਸਾਹਮਣੇ ਗਰਾਊਂਡ ਦੇ ਅੰਦਰ ਸਭ ਜਿਹੜੀ ਚੇਂਜ ਹੋ ਗਈ ਆ ਪਰ ਲੱਗਦਾ ਹੋਇਆ ਚੋਰ ਆ ਪਰ ਇੱਥੇ ਰੱਖ ਮਿੱਤਰਾ ਆਓ ਕਹਿੰਦੇ ਕਮਾਲ ਹੋਈ ਪਈ ਆ ਵੀ ਉੱਡਦੀ ਧੂੜ ਦਿਸੇ ਦੇ ਬੋਤਾ ਯਾਰ ਦਾ ਨਜ਼ਰ ਨਾ ਆਵੇ ਉੱਡਦੀ ਧੂੜ ਦਿਸੇ ਆ ਆਓ ਬੋਤਾ ਯਾਰ ਦਾ ਨਜ਼ਰ ਨਾ ਆਵੇ ਸੈਂਟਰ 'ਚ ਛੋਟੂ ਮਾਜਰਾ ਵੀਰੇ ਸਹਾਰਨ ਮਾਜਰੇ ਵਾਲਿਆ ਲਾਵੇ ਜ਼ੋਰ ਆਓ ਮਿੱਤਰਾ ਕਮਾਲ ਹੋ ਜਾਣੀ ਆ ਲੋਕਾਂ ਕੱਲ ਨੂੰ 10 ਤੇ 7 ਦੀ ਟੱਕਰ ਵੀਰੇ ਵੀ ਰਾਮਪੁਰ ਛੰਡਾਲਾ ਲੱਗਾ ਤੇ ਸਹਾਰਨ ਮਾਜਰੇ ਦਾ ਜਾਦੂਗਰ ਕਮਾਲ ਕਰ ਗਏ ਲੋਕਾਂ ਗੱਲਾਂ ਕਰਦੀਆਂ ਆਓ ਪਟਾਕੇ ਪੈਣ ਗਏ ਸਵਾਦ ਵੱਜਿਆ ਪਿਆ ਆਓ ਨਜ਼ਾਰਾ ਕਹਿੰਦੇ ਖੇਡ ਵਾਲੀਬਾਲ ਦਾ ਤੇ ਯੂਪੀ ਵਾਲਾ ਦੇ ਨੈਟ ਵਾਲੇ ਦੋ ਆਓ ਓਏ ਲੰਬੇ ਨੇ ਪਟਾਕਾ ਪਾਤਾ 7 ਤੇ 10 ਦੀ ਟੱਕਰ ਜਿੰਨਾ ਜਿੰਨਾ ਨੂੰ ਆ ਲੰਬੇ ਦੀ ਖੇਡ ਚ ਦਮ ਲੱਗਿਆ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਲੰਬੇ ਦੇ ਲਈ ਹੈ 7 ਤੇ 10 ਦੀ ਟੱਕਰ ਵਿਸ਼ੇ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਪ੍ਰਬੰਧਕੀ ਕਮੇਟੀ ਵੱਲੋਂ ਲੰਬੇ ਦਾ ਸਨਮਾਨ ਵਿਸ਼ੇ ਤੌਰ ਤੇ ਕੀਤਾ ਜਾਣਾ ਹੈ ਜੋੜਾ ਕਹਿੰਦਾ ਉਹਨੇ ਆਪਾਂ 100-100 ਦੇਵਾਂਗੇ ਆਓ ਜਿੰਨੇ ਨੰਬਰ ਜੋੜੂ ਮੁੰਡਾ ਆਪਣੀ ਟੀਮ ਦੇ ਲਈ ਹੈ 8 ਤੇ 10 ਦੀ ਟੱਕਰ ਹੈ ਓਕੇ ਓਕੇ ਜੀ ਦਿਲਪ੍ਰੀਤ ਬਾਈ ਜੋੜਦਾ ਆਪਣੀ ਟੀਮ ਦੇ ਲਈ ਹੈ ਆਓ ਦੁਨੀਆ ਕਹਿੰਦੇ ਟੱਕਦੀ ਆ ਉਧਰ ਦਿਲਪ੍ਰੀਤ ਗਿੱਲ ਕਹਿੰਦਾ ਸਾਡਾ ਵੀਰ ਆਕਸੀ ਵਧਾਉਣ ਵਾਲਾ ਵਸਦਾ ਕੈਨੇਡਾ ਚ ਜੇ ਲੰਬਿਆ ਮੈਚ ਜਿੱਤ ਗਿਆ ਤੇ 5100 ਦਿੱਤਾ ਜਾਣਾ 5100 ਦੇ ਨਾਲ ਮਾਨ ਸਨਮਾਨ ਖਿੱਚੋ ਖਿੱਚੋ ਕੰਮ ਨੂੰ ਸ਼ੇਅਰ ਆ ਵੀਰੇ ਕੀਤੇ ਜਾਣਗੇ ਆਓ ਲੰਬੇ 7-10 ਜਾਂ 8-10 ਹੋ ਕੋਈ ਚੱਕਰ ਨਹੀਂ ਵੀਰੇ 8-10 8-10 ਵੀਰੇ ਮੇਰੇ ਮਿੱਤਰੋ 8 ਤੇ 10 ਹੋ ਗਿਆ ਲੱਗਿਆ ਜ਼ੋਰ ਚੋਕਰਾਂ ਦਾ ਕੰਦਾ ਵੀ ਨਹੀਂ ਚੁੱਭਦਾ ਜਿਸਮ ਓਏ 9-10 9 ਤੇ 10 ਕਹਿੰਦੇ ਆ ਮੁੰਡੇ ਲਲੋਸ਼ੀ ਵਾਲੇ ਅੱਜ ਕਰਨਗੇ ਆਓ ਮੇਰੇ ਮਿੱਤਰੋ ਯੂਪੀ ਵਾਲੇ ਮੁੰਡਿਆਂ ਦੀ ਘਰ ਵਾਸੀ ਇੱਕ ਤਾੜੀ ਮਾਰੋ ਜ਼ੋਰਦਾਰ ਲਲੋਸ਼ੀ ਵਾਲੇ ਮੁੰਡਿਆਂ ਦੇ ਲਈ ਹੈ 9 ਤੇ 10 ਦੀ ਟੱਕਰ ਆ ਲਓ ਸਾਹਮਣੇ ਕਹਿੰਦੇ 9 ਤੇ 10 ਦੀ ਟੱਕਰ ਆ ਪਰ ਗਰਾਊਂਡ ਨੰਬਰ ਦੇ ਵਿੱਚ ਗਰਾਊਂਡ ਨੰਬਰ 1 ਦੇ ਵਿੱਚ ਮਿੱਤਰਾਂ ਮੁੰਡੇ ਖੇਡਣ ਵਾਲੇ ਵਾਲੇ ਵੀ ਬਹੁਤ ਕਹਿੰਦੇ ਸੋਹਣਾ ਪ੍ਰਦਰਸ਼ਨ ਕਰਦੇ ਆ ਰਹੇ ਆ ਇੱਧਰ ਮੈਂ ਵੇਖਦਾ ਵੀ ਮੰਡੀ ਕਲਾਂ ਪਿੰਡਾਂ ਫਿੱਕੀ ਦਾ ਬੜਾ ਪਿਆਰਾ ਮਿੱਤਰ ਆ ਸਾਡੀ ਜ਼ਿੰਦਗੀ ਦਾ ਨਾਲ ਕਹਿੰਦੇ ਖਾ ਜਾਣੀਆਂ ਖੱਪਾ ਪੁੱਜਿਆ ਹੋਇਆ ਦੁਨੀਆਂ ਦੇ ਮਹਿੰਗੇ ਮੁੱਲ ਦੇ ਪਲੇਅਰ ਆਏ ਹੋਏ ਆ ਅੱਜ ਦੇ ਸੁਫੱਟੇ ਵੇਲੇ ਦੇ ਉੱਤੇ
पर ग्राउंड नंबर तीन दे विच भी मित्रा आ पिंड चुल्हे तो अग निकल रही है और उधर मैं दस रहा भी रूहानी ते कातरों दा मैच चल रहा ग्राउंड नंबर चार दे विच जे वो चलते हुए मैच दे विचों हरमन थराज वाला कातरों की टीम दे लई खेल रहा मुंडा जे जित गया ढगे के टूरनामेंट के झूले वालों रेंजर साइकिल के बड़े मैन किए जाएंगे इधर साडा वीर है शमशान शादी है वड्डा मार भेजा बोलने के लिए बहुत वड्डा सहयोग है अज दे इस मेले दे लई पर लगदा होया जोर है मैच फिर तो शुरू हो चुका मित्रा खेड़ ग्राउंड अंदर नौ ते कहते दस की टक्कर है जीत जांगली वरिंदर जीत जीत जांगली तोता भरा सा जांगली आले वरिंदर आके संपर्क कर ले पर गलती कहते गभरू कर गया ग्राउंड अंदर राहुल सामने नवीन तैयार बार तैयार है शास्त्री जी फिर दस नौ तो फिर चल पे कमरे दस नौ कमेंट अज लंघन गए क्योंकि पिछो थोड़ी आवाज बज रही है कई बार वरे ओए नौ दस फिर दस की टक्कर भाई यार जे मैच का माड़ा मोटा भी सवाल आया ते ताड़ी का मार दो यार दो नंबर ग्राउंड दी टीमां दे लई है और सारे मैच जिन्ने लगने इस बाद पटाके आई बहन गए जिन्ने भी मैच लगने ना आस्ट्रेलिया वाले सारे आई लगने इथे दे और दुनिया तक दी अज दे सुपरडे कप नौ ते दस का मुकाबला और दसवां नंबर जोड़न दे लई जादू तैयार बर तैयार है यूपी वाले माजरे वाले छोटू न तैयारी ते मित्रा फड़नी पैनी है आओ बाला लाउणियां पैणगियां जे आ मैच जितना बे नहीं मैनू अज लब्बा जा दस ते नौ दी नौ ते दस दी टक्कर वरे तुरू दे की पंज सत भेड़ के अज पूरा मूड विच नहीं है जट ओके ओके जी पंज सत भेड़ के शास्त्रीया मैं जित गया चांदी दी जे ना सम्मान अमन झोरड आओ सामने खेल ग्राउंड दे अंदर लगदा होया चोर ओए ओ भाई दस दस हो गया नंबर भाई यार ताली क्यों नहीं मार रहे टीमों ने लई यार वाह ओ बड़ा कमाल होई चार ते लाइव है नहीं भाई रमन झोलड़ा साडा भी 10 बराबर हो गए 10 बराबर वरे शेरोला वीर कहंदा भी जे यूपी वाला मैच जित गया ते शास्त्री दा सम्मान जेड़ा ओ चांदी दी ओए लंबे ने पटाका पादल लोसी वाले ने लंबे ने इथे रख मित्रा एक सौ जोधे वालों होर आ गया मित्रा लंबे ग्यारह दस इथे रख ग्यारह दस हो गए ग्यारह दस जी दस वरे ग्यारह ललोसी दस यूपी शास्त्री सौ दिता जाना आओ स्वाद कहते बजा पिया अज चांगली की धरती है मेला भर जो बनते हैं नजारा कहते खेल वाली वाला माजरे वाले नंबर कोई जोड़िया नहीं ग्यारह ते दस दी टक्कर मेरे शेयर कर दियो जी रब्बा वे रब्बा सानू माही दी उड़ीक सी फौज दा सी केस तो आखरी तरीक सी ते पाग सुक के पौड़े ना माली ओ पल्ले ओए मुंडियो दस दस बराबर है कोई नहीं पुछ लेने अरे पुछ लेने स्कोर सज्जना नु कैद बोल गई है आ नंबर कहे फरार की है दस बराबर अवरे स्कोर दस बराबर जी दस बराबर सत श्रीकाल गुरवीर फौजी बई दस बराबर स्कोर आ जी सतारा दी गेम आज बहुत मैच आ बई आ लप्पा कुट दी दुनिया दे विच बहुत वड्डा इहदे विच कोई शक नहीं पर इत्थे रख आ बल्ले बल्ले नौजवान कराउंदे होए आ चांगली दी धरती आ आ संगरूर पै जांदा मुंडिया नूं इह मुंडे ने जिहड़ी पिछली लीग होई सी ना चांगली शास्त्री दे गुट्टा दे ला गया आपां 500 देवांगे उधर दलवीर है भरा साडा अमलो वासा कनेडा दे विच आओ गलबात कहिंदे लगी पई है और जिहड़े सन्मान रहिंदे ਸੀ
ਦਲਵੀਰ ਨੇ ਵੀ ਅੱਜ ਸਾਰਾ ਹਿਸਾਬ ਕਿਤਾਬ ਕਰ ਦੇਣਾ ਚਾਂਗਲੀ ਵਾਲਿਆ ਪਿਆਰਾ 41,000 ਪਾਤਾ ਦਲਵੀਰ ਬਾਈ ਨੇ ਨਾਵੇ ਜੋਰ ਮਿੱਤਰਾ ਓਕੇ ਓਕੇ ਦਲਵੀਰ ਆ ਜਾਣਗੇ ਕੋਈ ਚੱਕਰ ਨਹੀਂ ਵੀਰੇ ਅਜੇ ਨਹੀਂ ਆਏ ਆ ਜਾਣਗੇ ਆਊਟ ਬਾਲ 10 ਬਰਾਬਰ 6 ਸ਼ੇਅਰ ਵੀ ਕਰੀ ਚਲੋ ਜਿਹਨੇ ਕੁੱਟ ਕਨਾਪਾ ਦੇਖਣਾ ਵੀਰੇ ਯੂਪੀ ਤੇ ਲਲੋਸੀ 10 ਬਰਾਬਰ ਸਕੋਰ 10 11 ਨੇ 11 ਤੇ 10 ਹੋਣਗੇ 11 ਤੇ 10 ਦੀ ਟੱਕਰਾ ਮਿੱਤਰਾ 11 10 ਵੀਰੇ 11 10 ਜੀ ਉਧਰ 11 ਨੇ ਉਧਰ ਠੀਕ ਹੈ ਜੀ 10 ਤੇ 11 ਦੀ ਟੱਕਰਾ 10 11 10 11 ਨੇ 10 11 ਵੀਰੇ ਮਿੱਤਰਾ 21 ਸਾਲ ਦੀ ਉਮਰ ਹੈ 10 ਤੇ 11 ਕਰਤੇ ਵੱਡੇ ਆ ਇਹਨਾਂ ਕਿਹੜੇ ਗਰਾਊਂਡਾਂ ਦੇ ਵਿੱਚ ਮਾਪਿਆਂ ਦੇ ਇਕਲੌਤਾ ਪੁੱਤਰ ਆ ਹਰ ਗੱਲਾਂ ਬਾਤਾਂ ਵੱਡੀਆਂ ਨੇ ਵੀਰ ਸਾਡੇ ਦੀਆਂ ਜਦੋਂ ਜਦੋਂ ਇਹਨਾਂ ਗਰਾਊਂਡਾਂ ਦੇ ਵਿੱਚ ਮਿਲਦਾ ਤੇ ਬੜਾ ਪਿਆਰ ਬਖਸ਼ ਰਿਹਾ ਵੀਰ ਸਾਡੇ ਬੜਾ ਧੰਨਵਾਦ ਕਰਦੇ ਆਪਾਂ ਇਹਨਾਂ ਪਿੰਡਾਂ ਦਾ ਮਾਣ ਆ ਮੁੰਡੇ ਤੇ ਪਿਛਲੀ ਕਦੇ ਲੀਗ ਦੇ ਵਿੱਚੋਂ ਜਿੱਤ ਕੇ ਮੁੰਡਿਆਂ ਨੇ ਸੁਰਖੀਆਂ ਬਟੋਰੀਆਂ ਨੇ ਇਹਦਾ ਦਿਲਸ਼ਾਹ ਨੂੰ ਦੋ ਤੇ ਨਾ ਦੋ ਤੇ ਕਰਦਾ ਹੱਲੇ ਦਾ ਜੋਦੇ ਪਾ ਉਹਨਾਂ ਨੂੰ ਟਰੈਕਟਰ ਮੰਗ ਰਿਹਾ ਰਿੱਧੂ ਉਧਰ ਸਿੜਕਦਾ ਵਾ ਉਸ ਤੋਂ ਬਾਅਦ ਇੱਧਰ ਸਿੜਕ ਆ ਦਿਆਂਗੇ ਆ ਮੈਚ ਤੋਂ ਬਾਅਦ ਦੋ ਤੇ ਤਾਂ ਉਹਨਾਂ ਦੀ ਜੇਤੂ ਸੱਦ ਲਈ ਇਹਦੇ ਨਾਲ ਫਿਰ ਮੈਨੂੰ ਪਤਾ ਟਾਈਮ ਨਹੀਂ ਲੱਗਣਾ ਮੁੱਕੇ ਗਰਾਊਂਡ ਨਾ ਹੋਵੇ ਨਾਲ ਕਮੈਂਟ ਲੰਘਦੇ ਹੋਣਗੇ ਕਿਉਂਕਿ ਮੇਰੇ ਤੇ ਅੱਜ ਜ਼ਿੰਮੇਵਾਰੀਆਂ ਬਹੁਤ ਆ ਗਾਉਂ ਮੈਂ ਮੇਰੇ ਟੂਰਨਾਮੈਂਟ ਬਾਈ ਜੀ ਸ਼ੇਰੂ ਵੀਰੇ ਆਊਗਾ ਜੇ ਸ਼ਾਸਤਰੀ ਜਿੱਤ ਗਿਆ ਰੌਣ ਤਾਂ ਆਊਗਾ ਵੀਰੇ ਨੇੜੇ ਲੱਗਿਆ ਮੈਂ ਜੀ ਸ਼ੇਰੂ ਅਜੇ ਆਇਆ ਨੀ ਉਹਦਾ ਪੇਪਰ ਸੀਗਾ ਅੱਜ ਬਾਈ ਸ਼ੇਰੂ ਆਏਗਾ ਬਾਈ ਅਗਰ ਜੇ ਰਾਊਂਡ ਵਿਨਰ ਰਹਾ ਸ਼ਾਸਤਰੀ ਬਾਈ ਤੋਂ ਬੁਰਜ ਭਲਾਈ ਬਿੰਦੀ ਦੇ ਰਾਏ ਸਰ ਓਏ ਓਏ ਜੇ ਜਿੱਤ ਗਿਆ ਲੰਬਾ ਵੇ 500 ਦੇਵਾਂਗੇ ਆਪਾਂ ਅਨੰਤ ਸੁਰਾਣਾ ਨੰਬਰਵਾਰ ਕਹਿੰਦਾ ਵੀਰ ਸਾਡਾ ਵੀ ਵੱਡੇ ਸ਼ੇਰੂ ਬਾਈ ਪੇਪਰ ਸੀਗਾ ਜੇ ਸ਼ੇਰੂ ਲੇਟ ਆਊਗਾ ਜੇ ਯੂਪੀ ਜਿੱਤੀ ਤਾਂ ਖੇਡਿਆ ਜਾ ਰਿਹਾ ਦੂਜੇ ਰਾਊਂਡ ਦਾ ਲਾਸਟ ਮੈਚ ਆ ਇਹ ਪੁਆਇੰਟ ਪੁੱਛੇ ਤੁਸੀਂ ਤਰਸੇਮ ਪ੍ਰਧਾਨ ਆਪਾਂ ਫਿਰ ਗੁਰੂ ਦਾ ਲੰਗਰ ਜਿਹੜਾ ਟੁੱਟ ਵਰਤ ਰਿਹਾ ਜਿਹੜੇ ਵੀਰਾਂ ਨੇ ਲੰਗਰ ਛਕਣਾ ਤੇ ਉਹ ਜ਼ਰੂਰ ਛਕ ਲੈਣਾ ਮੇਰੀ ਬੇਨਤੀ ਆ ਵੀਰ ਸਾਡਿਆਂ ਨੂੰ ਬਹੁਤ ਤਕੜਾ ਮੈਚ ਆ ਜੀ 11 ਤੇ 10 ਸਕੋਰ 11 ਲਲੋਸੀ 10 ਯੂਪੀ ਸ਼ਾਸਤਰੀ ਵਿਦ ਸੋਨੂ ਮਾਜਰਾ ਪਾਸੇ ਜੈਪੁਰ ਵਾਲੇ ਵੀ ਟੁੱਕੀ ਗੱਡੀ ਤੁਰੇ ਆਉਂਦੇ ਆ ਓਏ ਇੱਥੇ ਰੱਖ ਨੰਬਰ ਇੱਕ ਹੋਰ ਜੁੜ ਗਿਆ 12 10 ਹੋ ਗਏ 12 10 ਵੀਰੇ ਬਾਤਾਂ 12 ਹੋ ਗਏ ਬਾਈ ਉਧਰ ਕਹਿੰਦੇ ਬਈ ਉਹਦੇ ਲਾਡੀ ਦਾ ਸਨਮਾਨ ਕੀਤਾ ਜਾ ਰਿਹਾ ਉਹ ਆਪਦੇ ਵੀ ਵਿਦੇਸ਼ੀ ਚਲਾ ਗਿਆ ਪਰ ਉਹਦੇ ਸਾਥੀ ਸੱਜਣ ਸਨਮਾਨ ਤਾਂ ਪ੍ਰਾਪਤ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਚਾਂਗੀ ਦੇ ਸੁਭਾ ਜੀ ਵਾਹ ਉਧਰ ਵੀ ਮੈਚ ਜਿਹੜਾ ਬੜਾ ਟੌਪ ਦਾ ਕਿਹਾ ਜਾ ਰਿਹਾ 10 ਤੇ 7 ਨਾ ਮੈਨੂੰ ਕਿਹੜਾ ਮੈਂ ਨਿਆਣਾ 11 ਹੋ ਗਏ ਉਹ ਗੱਲ ਬਾਅਦ ਚ ਨਹੀਂ ਮੈਂ ਨਿਆਣਾ ਨਹੀਂ ਹੈਗਾ ਜਿਉਂਕਿ ਮੈਨੂੰ ਸਾਰਾ ਪਤਾ ਮੈਂ ਬੰਦਿਆਂ ਨਾਲ ਹੀ ਟੱਕਰਦਾ ਹੁਣ ਚੱਲ ਤੂੰ ਬੋਲ ਅਬਦੁਲ ਸਾਹਿਬ ਕਮੈਂਟਰੀ ਕਰੀ ਜਾ ਵਧੀਆ ਵਧੀਆ ਹੈਪੀ ਚਹਿਲ ਵਧੀਆ ਬਾਈ ਜੀ ਵਧੀਆ ਜੀ ਜਾਨਦਾਰ ਖੇਡਿਆ ਜਾ ਵਧੀਆ ਬਾਈ ਜਾਨਦਾਰ ਦੇ ਵਿੱਚ ਨੰਬਰ ਗਰਾਊਂਡ ਦੇ ਵਿੱਚ ਵੀ ਗੁਰਲਾਲ 1 ਮਿੰਟ ਹੀ ਮਾਫੀ ਚਾਹਾਂਗੇ ਵੀਰਾ ਅਗਲੇ ਮੈਚ ਬੋਲਣ ਲਈ ਬਿੱਲੇ ਵਰਗੇ ਹਰ ਕੇ ਵੀਰੇ ਹਰ ਕੇ ਜੀ ਬੁਰਜ ਭਲਾਈ ਬਿੱਦੀ ਤੇ ਰਾਏਸਰ ਦੀਆਂ ਟੀਮਾਂ ਓਕੇ ਓਕੇ ਅਮਨ ਚੋਰਣ ਵੀਰੇ ਬੁਰਜ ਭਲਾਈ ਬਿੱਦੀ ਤੇ ਰਾਏਸਰ 1 ਨੰਬਰ ਗਰਾਊਂਡ 3 ਨੰਬਰ ਗਰਾਊਂਡ ਦੇ ਵਿੱਚ ਸ਼ਾਹਪੁਰ ਤੇ ਕਰਾਰ 4 ਨੰਬਰ ਗਰਾਊਂਡ ਦੇ ਵਿੱਚ ਬੁਰਜ ਭਲਾਈ ਸਿਮਰਾਂ ਦੇ ਗੰਗਾਨਗਰ ਵਿਸ਼ਵਾਸ ਓਏ 13 10 13 10 17 ਦੀ ਗੇਮ ਆ ਵੀਰੇ ਯੂਪੀ ਜਿੱਤ ਗਈ 3100 ਅਮਨ ਚੋਰਣ ਵੱਲੋਂ ਪੱਲੇ ਪੱਲੇ ਕਰਾ ਰਹੇ ਆ ਛੋਟੂ ਮਾਜਰੇ ਦੀ ਧਰਤੀ ਦਾ ਦੁਨੀਆਂ ਦਾ ਇੱਕ ਮਹਿੰਗੇ ਮੁੱਲ ਦਾ ਪਲੇਅਰ ਆ ਪਰ ਲਲੋਸ਼ੀ ਵਾਲ ਭਾਵੇਂ ਜਿੱਤ ਜਾਣ ਭਾਵੇਂ ਹਾਰ ਜਾਣ ਪਰ ਮੁੰਡਿਆਂ ਨੇ
ਆਓ ਤਸੱਲੀ ਪੂਰੀ ਕਰਾਈ ਆ। ਆਹ ਮੁੰਡਿਆਂ ਨੇ ਕਹਿੰਦੇ ਅੱਜ ਚੇਤਰਾ ਜੀ ਕੀਤਾ ਪਿਆ, ਲੋਕੀ ਵਹਿੰਦੇ ਆ ਵੀ ਮੁੰਡੇ ਯੂਪੀ ਵਾਲੇ ਬੰਨ ਕੇ ਖਿਲਾਰੇ ਪਏ ਆ ਮੁੰਡਿਆਂ ਨੂੰ ਹੀ। 13-10 ਆ ਨਾ ਵੀਰੇ, ਲੈ ਵੀ ਜੀਵਨ 13-10 ਦੀ ਟੱਕਰ ਆ। ਲਓ ਸਾਹਮਣੇ ਕਹਿੰਦੇ 13-10 ਦੀ ਟੱਕਰ ਆ ਖੇਡ ਗਰਾਊਂਡ ਦੇ ਅੰਦਰ ਵੀ 13-26 ਆ ਤੇ 26 ਰਹਿਣ ਦੇ। ਆਓ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ। ਚੋਲੇ13 दी टक्कर आओ यूपी वालिया काबू हो जा, नहीं वो काबू अज कर लेंगे, मैनू लगदा भी नहीं वो काबू कर लेंगे। लंबा ਲਲੋਸੀ ਪਾਣੀ ਵਾਲੇ ਵੀਰਾਂ ਦਾ ਵੀ ਵੱਡਾ ਧੰਨਵਾਦ। 2 ਨੰਬਰ ਮੇਰੀ ਬੇਨਤੀ ਹੈ ਸਾਡੇ ਵੀਰ ਉਹ ਜਾਣਕਾਰੀ ਵਿਵਾਦਾ ਕਰਨਗੇ, ਤਿੰਨ ਦੇ ਵਿੱਚੋਂ ਕੌਣ ਜਿੱਤੇਗੀ ਇਧਰ ਜੀ। ਗਰਾਊਂਡ ਨੰਬਰ 3 ਦੇ ਵਿੱਚੋਂ ਖਨਾਲ ਵਾਲੇ ਮੁੰਡੇ ਜਿੱਤ ਗਏ ਆ। ਆ ਗਿਆ ਤੁਹਾਡਾ 41,000 ਮੇਰੇ ਕੋਲੇ ਪਹੁੰਚ ਗਿਆ ਦਲਵੀਰ ਵੀਰੇ, ਬਹੁਤ ਵੱਡਾ ਧੰਨਵਾਦ ਆ ਟੀਮ ਦਾ। ਖੇੜੀ ਵਾਲੇ ਮੁੰਡੇ ਵੀ ਬਹੁਤ ਸੋਹਣਾ ਖੇਡਿਆ, ਫਿੱਟ ਹੋਏ ਫਿਰਦੇ ਆ, ਚਰਚਾ ਫੱਟੀ ਆ ਮਿੱਤਰ। ਹੈਲੋ 3 ਨੰਬਰ ਗਰਾਊਂਡ ਵਿੱਚ ਸ਼ਾਹਪੁਰ ਦੇ ਕਰਾਮ ਦਾ ਮੈਚ ਆ ਵੀਰੇ, ਚਲਾਓ ਜੀ ਮੈਚ। ਪਹਿਲਾਂ ਖਨਾਲ ਗਏ ਪਹੁੰਚ ਗਏ ਦਲਵੀਰ, ਤੁਹਾਡੇ ਪੈਸੇ ਬਹੁਤ ਬਹੁਤ ਧੰਨਵਾਦ ਜੀ ਕਰਦੇ ਆ ਹਿਸਾਬ ਕਿਤਾਬ ਸਾਰੇ ਵੀਰੇ। ਕੌਣ ਜਿੱਤਿਆ 3 ਚੋਂ ਪਹਿਲਾਂ? ਹੈਲੋ ਕੌਣ ਜਿੱਤ ਗਿਆ ਜੀ? ਵਧੀਆ ਵਧੀਆ ਜੀ, 3 ਦੇ ਵਿੱਚੋਂ ਪਹਿਲਾਂ ਖਨਾਲ ਜਿੱਤੀ ਹੈ ਜੀ। ਠੀਕ ਹੈ ਜੀ, ਕੌਣ ਵੀਰੇ ਆਪਾਂ? ਰੈਫਰੀ ਆਉ ਜੀ, ਵੱਡਾ ਧੰਨਵਾਦ। 11-13 ਹੋ ਗਏ ਵੀਰੇ, ਹਣਾ ਯਾਰ 11-13 ਦੀ ਟੱਕਰ ਮੈਦਾਨ ਦੇ ਅੰਦਰ। ਰਾਏਸਰ ਦੇ ਬੁਰਜ ਭਲਾਈ ਬੁੱਢੀ 1 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਮੁੰਡੇ। ਠੀਕ ਹੈ ਠੀਕ ਹੈ, ਮੈਂ ਬਣਾ ਲਾਈ ਤੇ ਫਿਰ ਅਮਨ ਕਰ। ਬਹੁਤ ਬਹੁਤ ਧੰਨਵਾਦ ਆ। ਇਹਦੇ ਕੌਣ ਜਿੱਤਿਆ ਜੀ? ਮੇਰੇ ਨਾਲ ਪਥੇੜੀ ਵਾਲੇ ਮੁੰਡੇ ਜਿੱਤ ਗਏ ਆ। ਆਓ ਜੀ ਪਥੇੜੀ ਤੇ ਨੰਦਗੜ੍ਹ ਦੀਆਂ ਟੀਮਾਂ। ਓਏ 12-13 ਹੋ ਗਏ, 12-13 ਵੀਰੇ, ਅਗਲਾ ਮੈਚ ਪਥਰੇੜੀ ਤੇ ਨੰਦਗੜ੍ਹ ਵੀਰੇ। ਅੰਕਿਤ ਪਥਰੇੜੀ ਤੇ ਰਵੀ ਬਹਾਦਰਗੜ੍ਹ ਦੀ ਟੱਕਰ ਵੀਰੇ, ਕਮਲ ਜੈਪੁਰ ਤੇ ਸਚਿਨ ਸਤੀਰਾਂ ਦੀ ਟੱਕਰ ਅਗਲਾ ਮੈਚ ਬਈ। ਅੰਕਿਤ ਪਥਰੇੜੀ ਤੇ ਨੰਦਗੜ੍ਹ ਦੀ ਅਗਲੀ ਟੱਕਰ ਬਈ, ਰਵੀ ਤੇ ਸਚਿਨ ਦੀ ਟੱਕਰ ਹੋਣੀ ਆ ਅੰਕਿਤ ਪਥਰੇੜੀ ਤੇ ਕਮਲ ਜੈਪੁਰ ਨਾਲ ਵੀਰੇ। ਇਹ ਮੈਚ ਤੇ 12-13 ਸਕੋਰ ਆ ਜੀ, 12 ਯੂਪੀ 13 ਰਾਮਪੁਰ। ਕਿਉਂ ਜੇਤੂ ਦਾ ਹੀ ਆ? ਲਓ ਸਾਹਮਣੇ ਗਰਾਊਂਡ ਦੇ ਵਿੱਚ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਮਿੱਤਰਾ, 12-13 ਦੀ ਟੱਕਰ ਹੈ। ਲੰਬਿਆ ਚਾਲੀ ਤੇ ਫੜਦੀ ਮੱਡੀ ਵਾਲਾ ਵਿੱਕੀ ਆ ਮੈਚ ਕਰਾਈ ਜੇਤੂ ਦਾ ਮੈਚ। ਇਸ ਕਹਿੰਦੇ ਟੂਰਨਾਮੈਂਟ ਤੋਂ ਬਹੁਤ ਦੂਰ ਲੈ ਜਾਣਾ ਤੁਹਾਨੂੰ, ਪਰ ਇਧਰ ਲੱਗਦਾ ਹੋਇਆ ਜ਼ੋਰ ਹੈ ਛੋਟੂ। ਹਾਂਜੀ ਹਾਂਜੀ, ਰਾਮ ਰਾਮ ਬਾਈ ਜੀ, ਕਮੈਂਟਾਂ 'ਚ ਨੰਗ ਰਹੇ ਹੋਗੇ ਕਿਉਂਕਿ ਮੇਰੇ ਗਾਓ ਮੇ ਟੂਰਨਾਮੈਂਟ ਹੈ ਬਾਈ, ਅਰੇਂਜਮੈਂਟ ਵੀ ਦੇਖਣਾ ਪੜਤਾ ਹੈ ਸੋਰਾ ਬਾਈ ਥੋੜਾ ਬਾਈ। ਸ਼ੇਰੂ ਬਾਈ ਜੇ ਜਿੱਤ ਗਈ ਯੂਪੀ ਤਾਂ ਆਊ ਅਗਲੇ ਰਾਊਂਡ 'ਚ, ਨੇੜੇ ਹੀ ਲੱਗ ਗਿਆ। ਸ਼ਿੰਗਾਰ ਬਣਦੇ ਆ ਮੁੰਡੇ ਵੀ, ਚਾਂਗਲੀ ਪਿੰਡ ਆ ਤੇ ਪਿੰਡ ਕਿਸੇ ਚੰਨ ਪਹਿਚਾਣ ਦਾ ਮੁਹਤਾਜ ਨੇ, ਆ ਧਰਤੀ ਖੇਡਾਂ ਨੂੰ ਬੜਾ ਪਿਆਰ ਕਰਦੀ ਆ। ਗੁਰਪ੍ਰੀਤ ਦੇ ਮਾਣ ਕਿਹੜਾ ਪਿੰਡ ਆਪਣਾ ਗੁਰਪ੍ਰੀਤ ਵੀਰੇ? ਓਏ ਲੰਬਾ ਪਟਾਕਾ ਪਾ ਗਿਆ ਇੱਥੇ ਰੱਖ ਸਿਰਾ ਮੈਚ ਆ, ਰਵੀ ਤੇ ਸਚਿਨ ਦੀ ਟੱਕਰ ਹੋਣੀ ਆ ਅਗਲਾ ਮੈਚ, ਕਮਲ ਜੈਪੁਰ ਤੇ ਅੰਕਿਤ ਪਥਰੇੜੀ ਨਾਲ ਵੀਰੇ। ਨੈਕਸਟ ਮੈਚ ਤੂਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ, ਤੂਫਾਨ ਜੱਟ ਨੂੰ ਵੀਰੇ। 4 ਚੋਂ ਕੌਣ ਜਿੱਤ ਗਿਆ ਦੱਸੋ ਜੀ, 4 ਚੋਂ ਕੌਣ ਜਿੱਤ ਗਿਆ ਰਿਜ਼ਲਟ ਜ਼ਰੂਰ ਦੱਸੋ ਜੀ ਆ ਕੇ। ਹਲੇ ਫੈਸਲੇ ਦੂਜੇ ਰਾਊਂਡ ਦਾ ਲਾਸਟ ਮੈਚ ਆ ਵੀਰੇ, ਦੂਜੇ ਰਾਊਂਡ ਦਾ ਪ੍ਰੀ ਕੁਆਟਰ ਦੀਆਂ ਟਾਈਆਂ। ਓਏ ਲਲੋਸੀ ਵਾਲਾ ਲੰਬਾ ਪਟਾਕੇ ਪਾਈ ਉਹਦਾ ਬਾਈ, ਲਾਵੀ ਲੰਬਿਆ ਓ ਬਾਹਰ, ਓਏ ਲੰਬਿਆ ਸਿਰਾਬਾਦ ਸਿਰਾਬਾਦ ਪੈਗਾ ਨੰਬਰ ਟਾਓ ਯਾਰ, ਕੋਈ ਨਹੀਂ ਹੈਗਾ
ਓਏ ਅਮਣੀ ਨੂੰ ਕਹਿ 4 ਨੰਬਰ ਕੀ ਹੋ ਗਿਆ ਉਧਰ ਚਾਰ ਦੇ ਵਿੱਚ ਦੇਖੋ ਯਾਰ ਪ੍ਰਬੰਧਕ ਜੀ ਜਾਈ ਯਾਰ ਦਵਿੰਦਰ ਅਮਣੀ ਜਾ ਭੱਜ ਕੇ ਗਰਾਊਂਡ ਨੰਬਰ ਤੇ ਕੋਈ ਚਾਰ ਦੇ ਵਿੱਚ ਰੌਲਾ ਰੱਪਾ ਮੇਰਾ ਵੀਰ ਬਣ ਕੇ ਦੇਖੋ ਵਧੀਆ ਵਧੀਆ ਹਰਵਿੰਦਰ ਬੁੱਟਰ ਵੀਰੇ ਵਧੀਆ ਬਾਈ ਜੀ ਵਧੀਆ ਜੀ ਮੇਰਾ ਵੀਰ ਬਣ ਕੇ ਜਾ ਕੇ ਜਰੂਰ ਦੇਖ ਲਓ ਪੁਆਇੰਟ ਵੀਰੇ 14 12 ਨੇ 14 12 ਬਾਈ 14 ਤੇ 10 ਦੀ ਟੱਕਰ ਓਏ 14 15ਵਾਂ ਜੁੜ ਗਿਆ 15ਵਾਂ ਵੀਰੇ ਲਲੋਸੀ ਦੇ ਹਿੱਸੇ 15 ਤੇ 12 15 ਲਲੋਸੀ ਜਾਦੂ ਸਹਾਰਨਵਾਂ ਜਰੇ ਦੇ ਹੁਣ ਅੱਗ ਨਿਕਲਦੀ ਹੈ ਹੁਣ ਅੱਗ ਨਿਕਲਦੀ ਹੈ ਮਿੱਤਰਾ ਗਰਾਊਂਡ ਦੇ ਅੰਦਰ ਆਹ ਵੇਖ ਸਾਹਮਣੇ ਲੰਬਾ ਫੇਰ चक्की आंबा कहते अज अपने लंबे कद का मुंडा फायदा चक्की तुरिया आीछे गिरा दलेर पूरी बाबे की है मेहर और श्रीनिवास देवे थापी बापू आखदा है शेर सुखी लोपो लिखे साडी जान वाले किस्से ते पानी वग दे पिछा वल मोड़ दें आओ मित्रां दी हिंड वी नदेण वर्गी तंदे पक्कियां गरारियां दे शास्त्री नंबर जोड़ गया कलाकार बलीवाल का 12 ते 15 दी टक्कर वीरे भाई यार ग्राउंड नंबर 3 दीयां टीमां मैच शुरू करन जी बहुत तगड़ा मैच है जी 4 नंबर ग्राउंड 12 ते 15 एक नंबर ग्राउंड दीयां टीमां 12 यूपी शास्त्री छोटू माजरा 15 ਲਲੋਸੀ ਰਾਮਪੁਰ ਸੰਨਾ ਦੇ ਜਾਦੂ ਸਹਾਰਨ ਮਾਜਰਾ ਬਹੁਤ ਤਕੜਾ ਮੈਚ ਆ ਜੀ ਬੇਨਤੀ ਆ ਭਰਾ ਸਾਡੇ ਇੱਕ ਤੇ ਮੈਚ ਲਾ ਬਦਰੇੜੀ ਦੀ ਟੀਮ ਦਾ ਕੋਈ ਵੀ ਪਲੇਅਰ ਅੱਗੇ ਮੈਚ ਕਰਾਵੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਸ਼ੇਰੂ ਬਾਈ ਨਹੀਂ ਪਹੁੰਚੇ ਅਜੇ ਦੂਜੇ ਰਾਊਂਡ ਦਾ ਲਾਸਟ ਮੈਚ ਕਰਾਇਆ ਸੀ ਆਪਾਂ ਸ਼ੇਰੂ ਜੇ ਆ ਰਾਊਂਡ ਜਿੱਤ ਗਿਆ ਫੇਰ ਆਉਣਾ ਵੀਰੇ ਆਓ ਵੀਰ ਬਣ ਕੇ ਯਾਰ ਆਓ कमल वीरे प्री क्वार्टर दियां टाइयां पै गईयां प्री क्वार्टर दियां कमल अगला मैच अंकित पथरेड़ी ते कमल जयपुर अंकित पथरेड़ी टक्कर होनी आ सचिन स्टीर वाली ना भाई रौला पै गया 4 नंबर ग्राउंड मैनू जाना पैना बी रौला रप्पा पै गया कोई 4 नंबर ग्राउंड जेड़ी गल बात वड्डी आ मित्रा मैच उधर भी सोहना खेडा जाना पर कल्ली कल्ली ग्राउंड नंबर 2 दे उत्ते टिकी हुई है गल ते सच आ मित्रा हुण किहड़े मुंडिआं ने जित के अगले राउंड की टिकट लेनी है ये तो समय दिया गल्लां बातां हो गईआं हेलो भाई एक ते चलिया नहीं मैच एक ते भी शुरू कर लो मैच मेरा वीर बन के जल्दी दे नाल सहार नमाजरे वाला यादू है मेरे मित्रों कमाल कहते हो पई है मैच 2 नंबर ग्राउंड पे है दुनिया के अंदाजे आ भी कौन जीतूगा भाई यार ग्राउंड नंबर 3 खनाल वाले मुंडे किथे वीरे आओ वीरे यार खनाल दी टीम आके रेफरी करे वीरे ग्राउंड नंबर 3 दे विच मैनू पहला मुंडे मिल के गए भाई असीं आ गए हां की हो गया आओ यार खनाल दी टीम नूं मेरी बेनती है ਵੀ ਮੁੰਡੇ ਰੈਫਰ ਚ ਵਧੀਆ ਸਵਾਵਾਂ ਦੇਣ ਦੇ ਲਈ ਗਰਾਊਂਡ ਨੰਬਰ 3 ਦੇ ਵਿੱਚ ਆ ਜਾਣਗੇ ਲਓ ਸਾਹਮਣੇ ਮੇਰੇ ਮਿੱਤਰੋ ਓ ਬਾਈ 4 ਨੰਬਰ ਗਰਾਊਂਡ ਤੇ ਕਿਉਂ ਕੀ ਹੋਇਆ ਉਧਰ ਮੈਚ ਲਾਓ 4 ਨੰਬਰ ਗਰਾਊਂ� ਦੇ ਵਿੱਚ ਉਧਰ ਚਲੇ ਗਏ ਜੀ ਪ੍ਰਬੰਧਕ ਵੀਰ ਜੋ ਕੋਈ ਸੱਜਾ ਖੱਬਾ ਹੋਵੇਗਾ ਉਹ ਦੱਸਿਆ ਜਾਵੇਗਾ ਲਓ ਸਾਹਮਣੇ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਆ ਕਹਿੰਦੇ ਗੱਭਰੂ ਤਿਆਰ ਬਾਰ ਤਿਆਰ ਹੈ 15 ਤੇ
13 ਦੀ ਟੱਕਰਾਂ ਗਰਾਊਂਡ ਦੇ ਅੰਦਰ ਫਰਕ 2 ਪੁਆਇੰਟਾਂ ਦਾ ਤੇ ਮਿੱਤਰਾ ਫਰਕ ਹੁਣ ਤੇ ਕੱਢਣਾ ਪੈਣਾ ਗਰਾਊਂਡ ਦੇ ਅੰਦਰ ਲਓ ਸਾਹਮਣੇ ਲੱਗਦਾ ਹੋਇਆ ਜ਼ੋਰ ਆ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਧਰ ਕਹਿੰਦੇ ਯਾਦੂ ਵਰਗੇ ਬੜੇ ਸੁਲਝੇ ਹੋਏ ਪਲੇਅਰ ਆ ਵਿੱਕੀ ਕਰਾ ਮੈਂ ਸ਼ੁਰੂ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਗੁਰਜ ਭਲਾਈ ਦਿੱਲੀ ਦੀ ਟੀਮ ਵੀ ਆ ਗਈ ਹੈ ਰਾਏਸਰ ਦੇ ਖਿਡਾਰੀ ਵੀ ਆ ਗਏ ਨੇ ਕਰ ਦੋ ਸ਼ੁਰੂ ਮੈਚ ਮੇਰਾ ਵੀਰ ਮੈਚ ਇਹ ਵੀ ਇੱਕ ਤਗੜਾ ਲੱਗਣਾ ਹੈ ਗੁਰਜ ਭਲਾਈ ਇੱਕ ਪਾਸੇ ਲਓ ਸਾਹਮਣੇ ਗਰਾਊਂਡ ਦੇ ਅੰਦਰ ਫੁਰਜ ਭਲਾਈ ਤੇ ਰਾਜਸਰ ਦੀ ਟੀਮ ਨਾਲ ਗਰਾਊਂਡ ਨੰਬਰ 1 ਦੇ ਵਿੱਚ ਮੈਚ ਬਹੁਤ ਸੋਹਣਾ ਖੇਡਿਆ ਜਾਵੇਗਾ ਬਾਈ ਯਾਰ ਕਰੋ ਮੈਚ ਸ਼ੁਰੂ ਦੇਖੋ ਕਿੰਨਾ ਸਮਾਂ ਹੋ ਗਿਆ ਟੀਮਾਂ ਨੂੰ ਮੇਰੀ ਬੇਨਤੀ ਆ ਯਾਰ ਭਰਾ ਬਣ ਕੇ ਆਪਾਂ ਮੈਚ ਤੇ ਸ਼ੁਰੂ ਕਰ ਦਈਏ ਬਾਈ ਯਾਰ ਜਿਹੜਾ ਗਰਾਊਂਡ ਨੰਬਰ 2 ਦੇ ਵਿੱਚ ਲਲੋਸ਼ੀ ਦੀ ਟੀਮ ਦੇ ਲਈ ਮੁੰਡਾ ਮੈਂਟਮੈਨ ਹੈ ਬਾਈ ਜੀ ਸਿੱਖ ਸਰਦਾਰ ਹੈ ਯਾਰ ਮੁੰਡਾ ਕਿੰਨਾ ਸੋਹਣਾ ਖੇਡਦਾ ਤਾੜੀ ਤੇ ਮਾਰੋ ਯਾਰ ਇੱਕ ਵਾਰੀ ਮੁੰਡੇ ਦੇ ਨਾਂ ਦੇ ਉੱਤੇ ਇੱਥੇ ਰੱਖ ਪਰ ਗਲਤੀ ਆਜ਼ਾਦ ਕਰ ਗਿਆ ਵਾਹ ਓਏ ਤੇਰੇ ਗੁਰਾਂ ਦੇ ਲਾਲ ਕਮਾਲ ਕਰ ਦਿੱਤੀ ਹੈ ਸਾਹਮਣੇ ਕਹਿੰਦੇ ਸਵਾਦ ਵੱਖਰਾ ਬਣਿਆ ਪਿਆ ਹੈ ਔਰ 2 ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਟੋਪਣਾ ਹੈ 1 ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਆਪਾਂ ਸ਼ੁਰੂ ਕਰ ਦਈਏ ਮੰਡੀ ਵਾਲਾ ਵਿੱਕੀ ਮੈਚ ਸ਼ੁਰੂ ਕਰਾਉਣ ਦੇ ਜਲਦੀ ਦੇ ਨਾਲ ਲਓ 13 ਦੇ 15 ਦੀ ਟੱਕਰਾਂ ਹੈ ਨੰਬਰ 14 ਜੋੜਨ ਦੇ ਲਈ ਮੁੰਡੇ ਤਿਆਰ ਪਰ ਤਿਆਰ ਨੇ ਮੇਰੇ ਮਿੱਤਰੋ ਪਟਾਕੇ ਪੈ ਰਹੇ ਆ ਪਟਾਕੇ ਖਹਿ ਰਹੇ ਆ ਖੇਡ ਦੇ ਮੈਦਾਨ ਦੇ ਵਿੱਚ ਬਰਾਬਰੀ ਦੀ ਟੱਕਰ ਆ ਰਹੀ 14 ਹੋ ਗਏ ਤੇ ਫੇਰ ਕੰਮ ਕਿਹੜੇ ਤੇਰੇ ਲੱਗ ਜੂਗਾ ਲਓ ਜੀ ਵੀਰੇ ਬਹੁਤ ਤਕੜਾ ਮੈਚ ਆ ਜੀ ਮੈਂ ਥੋੜਾ ਗਿਆ ਵੈ ਸੀ ਕਮੈਂਟ ਲੰਗੇ ਹੋਣਗੇ ਬਾਈ ਅੱਜ ਮੈਂ ਪਹਿਲਾਂ ਗਿਆ ਵੀ ਕਮੈਂਟਰ ਲੰਘਣਗੇ ਜੀ ਮੇਰਾ ਥੋੜਾ ਜਿਹਾ ਅਰੇਂਜਮੈਂਟ ਵੀ ਦੇਖਣੀ ਪੈਂਦੀ ਹੈ ਮੈਨੂੰ ਹਨਾ ਅਗਲਾ ਮੈਚ ਅੰਕਤ ਪਥੇੜੀ ਕਮਲ ਜੈਪੁਰ ਦਾ ਹੋਣਾ ਜੀ ਰਵੀ ਬਹਾਦਰਗੜ੍ਹ ਤੇ ਸਜਨ ਸਟੀ ਨਾਲ ਲੱਭਾ ਤੇਰਾਂ ਪੰਦਰਾਂ ਸਕੋਰ ਆ ਜੀ 13-15 ਯੂਪੀ ਸ਼ਾਸਤਰੀ 15 ਲਲੋਸੀ ਸ਼ਾਸਤਰੀ ਜੀ ਨੇ ਵੀ ਥੋੜੀ ਫੱਟੀ ਚਾਹੀਦੀ ਹੈ ਅੱਜ ਦੇ ਵੱਡੇ ਮੇਲੇ ਦੇ ਉੱਤੇ ਪਰ ਦੂਸਰੀ ਸਾਈਡ ਮੈਂ ਵੇਖਦਾ ਵੀ ਟੀਮ ਕਹਿੰਦੇ ਚੰਨੋ ਦੇ ਇਲਾਕੇ ਦੀ ਆ ਜ਼ਿਲ੍ਹਾ ਪਟਿਆਲਾ ਮੁੰਡਿਆਂ ਨੂੰ ਪੈ ਜਾਂਦਾ ਇਹਨਾਂ ਪਿੰਡਾਂ ਦਾ ਵਿੱਚ ਖੇਡ ਖੇਡ ਕੇ ਮੁੰਡਿਆਂ ਨੇ ਆਹ ਨਾਮ ਵੱਡਾ ਬਣਾ ਲਿਆ ਪਰ ਸਾਹਮਣੇ ਜਾਦੂ ਆਹ ਪੱਲੇ ਸਿਰਾ ਬਾਲ ਯਾਰ ਰਾਜਵੰਤ ਬਲਿੰਕ ਵੀ ਲਾਈਵ ਆ ਗਿਆ ਵੈਲਕਮ ਜੀ ਰਾਜਵੰਤ ਬਲਿੰਕ ਦਲਵੀਰ ਅਮਲੋ ਕੈਨੇਡਾ ਵੈਲਕਮ ਜੀ ਸ਼ਿਕਾਰ ਛੱਡ ਦੇ ਹਾਲੇ ਰਫਲਾਂ ਚਲਾਉਣੀਆਂ ਨਹੀਂ 15 ਤੇ 13 ਫੇਰ ਚੇ ਕੀਦੇ ਕਰਦੇ ਸ਼ਿਕਾਰ ਛੱਡ ਦੇ ਕੀ ਹੋਇਆ ਜੇ ਮੇਰੇ ਦੇ ਘੱਟ ਆਉਂਦਾ ਰੂਪੀ ਆ ਪਰ ਕਰਾਉਂਦਾ ਹੱਤੀ ਆ ਸਹਾਰਨ ਮਾਜਰ ਵਾਲਾ ਕਹਿੰਦੇ ਟੈਟੂ ਕਿੰਗ ਕਹਿੰਦੀ ਆ ਦੁਨੀਆ ਹੈਪੀ ਖਜਾਂਚੀ ਜੀ ਆ ਕੇ ਸੰਪਰਕ ਕਰ ਲੈ ਹਾਂਜੀ ਹਾਂਜੀ ਜ਼ਿੰਮੇਵਾਰੀਆਂ ਵੱਡੀਆਂ ਥੋੜੀਆਂ ਜੀਆਂ ਕਮੈਂਟ ਲੰਘਣਗੇ ਉਹ ਮਾਫੀ ਚਾਹੁੰਦੇ ਆ ਜੀ ਪ੍ਰਾਈਜ਼ 21,000 ਆ ਵੀਰੇ 15 ਤੇ 13 ਦੀ ਟੱਕਰ ਵੀਰੇ ਅਗਲਾ ਮੈਚ ਅੰਕਿਤ ਪਥਰੇੜੀ ਡੀਟੂ ਜੈਪੁਰ ਕਮਲ ਜੈਪੁਰ ਵਰਸੇ ਰਵੀ ਤੇ ਸਚਿਨ ਸਤੀਰਾਲੀ ਛੋਟੂ ਆ ਮੁੰਡਾ ਮਾਜਰੇ ਵਾਲਾ ਹੋਰ ਬਾਈ ਮੇਰੀ ਬੇਨਤੀ ਆ ਸ਼ੁਰੂ ਦੇ ਬਰਾਬਰ ਨਾਲ ਦੀ ਟੀਮ 3 ਨੰਬਰ ਗਰਾਊਂਡ 'ਚ ਪਹਿਲਾਂ ਜਿੱਤ ਕੇ ਗਈ ਆ ਬਾਈ ਯਾਰ ਰੈਫਰੀ ਤੇ ਭੇਜੋ ਭਰਾ ਬਣ ਕੇ ਮੇਰੀ ਬੇਨਤੀ ਆ ਵੀਰ ਬਣ ਕੇ ਲਾਓ ਸਾਹਮਣੇ ਲੰਬਾ ਤੇ ਆਓ ਵੇਰਿਆ ਸਰਦਾਰ ਅਮਨ ਚੋ ਸਾਰੇ ਆਇਆ ਵੀਰੇ ਸਾਰੇ ਜੇ ਯੂਪੀ ਵਾਲੇ ਜਿੱਤ ਗਏ ਤੇ ਭੂਰੇ ਦਾ ਸਨਮਾਨ ਆਪਾਂ 3100 ਨਾ ਕਰਾਂਗੇ ਓ ਬੱਲੇ 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 15-13 ਸਕੋਰ ਆ ਵੀਰੇ ਵਾਲੇ ਮੁੰਡੇ ਵੀ ਆ ਹਰਾਉਣੇ ਮੇਰੇ ਮਿੱਤਰੋ ਵੱਡੀ ਗੱਲਬਾਤ ਬਣ ਜਾਂਦੀ ਹੈ 15 ਦੇ 13 ਦੀ ਟੱਕਰ ਆਓ 16 ਨੰਬਰ ਜੁੜਨਾ ਕਿਸੇ ਗੱਲ ਦੇ ਨਾਲ ਮੈਚ ਮੇਰੇ ਮਿੱਤਰੋ ਟੌਪ ਦਾ ਖੇਡਿਆ ਜਾ ਰਿਹਾ ਲਓ ਸਾਹਮਣੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਫੇਂਦੀ ਖੜ ਖੜ ਕੇ ਆਓ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਚੜ ਚੜ ਕੇ ਮਿੱਠਿਆਂ ਦੀ ਟੀਮ ਕਹਿੰਦੀ ਆ ਵੀ ਜਿਹੜਾ ਮੁੰਡਾ ਨੈਟਮੈਨ ਹੈ ਉਧਰ ਲਲੋਸ਼ੀ ਦੀ ਟੀਮ ਦਾ ਹਰਮਨ ਵੀਰ ਸਾਡਾ ਜਿਹੜੇ ਦੇ ਮੇਲੇ ਦਾ ਵੀ ਮੁੰਡਾ ਪੈਸ਼ਨੇਟ ਬਣ ਰਿਹਾ ਔਰ ਉਹਦਾ ਸਨਮਾਨ ਜਿਹੜੇ ਕਸੌਰੀ ਨਾਗਰ ਸਿੰਘ ਨਾਲ ਕਰਨਾ ਹੈ ਲਓ ਸਾਹਮਣੇ ਮੇਰੇ ਮਿੱਤਰੋ ਲੱਗਦਾ ਹੋਇਆ ਚੋਦਾ ਉਧਰ ਕਹਿੰਦੇ ਮੁੰਡੇ ਨੰਬਰ ਜੋੜਨ ਲਈ ਪੂਰੇ ਤਿਆਰ ਬਾਰ ਤਿਆਰ ਆ ਪਰ ਯਾਦੂ ਆਓ ਯਾਦੂ ਗਰੀਆਂ ਕਰਦਾ ਹੋਣਾ ਇਹ ਕਹਿੰਦੇ ਪਹੀਏ ਉਹਦੇ ਚੋਟੀ ਦਾ ਜੱਸੇ ਦਾ ਮੈਂ ਰਹਿੰਦਾ ਵੀਰੇ ਰਹਿੰਦਾ ਅਜੇ ਜੀ ਸ਼ੇਰੂ ਵੀਰੇ ਜੇ ਜਿੱਤ ਗਏ ਫੇਰ ਹੋਣਗੇ ਯਾਰੀ ਸਾਡੀ ਦੇ ਚਾਚੇ ਰਾਜੇ ਖੇਲੇ ਸੌ ਰੱਬ ਦੀ ਆਓ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਉਹ ਸਾਡੇ ਕਮੇਟੀ ਵਾਲੇ ਵੀਰ ਕਹਿੰਦੇ ਨੇ ਆ ਵੀ ਪਹਿਲਾਂ ਲੱਬੇ ਦਾ ਬੋਲਿਆ ਸਨਮਾਨ ਕਰਾਂਗੇ ਮੋਮੈਂਟੋ ਸ਼ੇਰੂ ਨੇ ਆਉਣਾ ਵੀਰੇ ਫਿਰ ਦੂਜੇ ਰਾਊਂਡ ਦਾ ਲਾਸਟ ਮੈਚ ਹੀ ਆਪਾਂ ਨੂੰ ਕਰਾਉਣਾ ਹੀ ਪੈਣਾ ਸੀ ਸ਼ੇਰੂ ਬਿਨਾ ਬਾਈ ਕਿਉਂਕਿ ਆਪਣੀ ਕਮੇਟੀ ਦੀ ਮਜਬੂਰੀ ਬਣ ਜਾਂਦੀ ਆ ਦੂਜੇ ਰਾਊਂਡ ਦਾ ਲਾਸਟ ਮੈਚ ਸੀਗਾ ਸ਼ੇਰੂ ਨੇ ਆ ਜਾਣਾ ਅੱਧੇ ਪੌਣੇ ਘੰਟੇ ਚ ਆਹ ਰਾਊਂਡ ਜਿੱਤ ਗਏ ਤਾਂ ਨਹੀਂ ਫਿਰ ਸ਼ੇਰੂ ਹੋਰ ਟੀਮ ਚ ਖੇਡ ਲੂਗੇ ਜੋ ਕੋਈ ਚੱਕਰ ਨਹੀਂ ਅਜੇ ਖੜਾ ਸ਼ਾਸਤਰੀ ਕਹਿੰਦੇ ਮੈਦਾਨ ਦੇ ਵਿੱਚ ਬਾਈ
हरदीप रे कल नू गल करियो मेरे नाल हौलदार वीरे डेट आपां कल नू फाइनल करांगे डायरी देख के बई शास्त्री ते सोटू दे मैदान च ने भूरे अरगे उधरों लंबा भी ऐन पटाके पाई आंदा जादू सहारन माजरा फुल फाइट मैच यार सिरा मैच आ जमा सिरा शेर भी करी चलो खिच के शेर वीरे सारे आया सत्ते अरगे सारे ओए लंबा ऐन थौड़ा चक्की खड़ा ललोसी वाला लंबा थौड़ा चक्की खड़ा खिलाड़ियों ने जित जाना गड्डिया बड़िया रोड़ा पे चार जान गिया नाल ही जेड़ा मैच अगला खेडा जाना ना वो भी मेरे मित्रों एक कह दिया भी कच्ची ना बड़ा मेला ते बड़ा मैच आ अगला मैच खेडा जाना पत्थरे चौदह पंद्रह और दूजे पासे नंदगढ़ की टीम के लिए बहादुर गड़िया रवि है चौदह पंद्रह की टक्कर होगी चौदह से पंद्रह वरे जीतना है 11,000 ਦਿੱਤਾ ਜਾਣਾ ਹੈ ਵੱਡੇ ਮਾਨ ਸਨਮਾਨ ਦੇ ਕੀਤੇ ਜਾਣਗੇ 11,000 ਦੀ ਨਗਦ ਰਾਸ਼ੀ ਦੇ ਨਾਲ ਅਗਲਾ ਮੈਚ ਰਵੀ ਤੇ ਕਮਲ ਜੈਪੁਰ ਦੀ ਟੱਕਰ ਵੀਰੇ ਸਕੋਰ 14-15 ਪਾਰਸ ਕਸਬਾ ਵੀਰੇ 14-15 ਦੀ 14 ਯੂਪੀ 15 ਲਲੋਸੀ ਲੰਬਾ ਜਾਦੂ ਸਹਾਰਨ ਮਾਜਰਾ ਕੁੜੀਆਂ ਦੇ ਕਹਿੰਦੇ ਮਹਾਨ ਖਿਡਾਰੀ ਪੁੱਜ ਗਏ ਨੇ ਇੱਕ ਨੰਬਰ ਦੇ ਵੀਰੇ ਮਾਲਵਾ ਬੈਲਟਾ ਜੀ ਦੋ ਤੇ ਆਪਣਾ ਤਿੰਨ ਤੇ ਖੰਨੇ ਵਾਲਾ ਲਾਈਵ ਹੈ ਇਹ ਤਿੰਨ ਲਾਈਵ ਚੱਲਦੇ ਅੱਜ ਵੀਰੇ 14 ਤੇ 15 ਦੀ ਟੱਕਰ ਆ ਬਾਈ ਸ਼ੇਅਰ ਵੀ ਕਰੀ ਚਲੋ ਜੀ फिर सारे मंगन गए नहीं लव कुछ भी नहीं आया नहीं आया जी आशु भी नहीं आया जी नवे आ लड़के दो यूपी की टीम च दो नवे आ लड़के भाई खुशी होती है भाई इतनी दूर से यारी के लिए आए वो बहुत धन्यवाद यूपी शास्त्री की टीम का भाई ड्रॉप ला गया मुक्या नी पंद्रह से चौदह की टक्कर वीरे सुहान माजरे की धरती का आ नौजवान का भी मंडी एमगढ़ का इलाका है ते चलते हैं पर लंबा फेर त्यार बार त्यार है फिर दे ग्राउंड के अंदर आउ लगता होया चोड़ा है नंबर कहते सोलवा जोड़ के लिए मुंडे त्यार बार त्यार है जोर लाई आउंदी है दोनों टीमों के मेरे मित्रों मुड़को मुड़की मैं देखना भी पिंडे हो गए हेलो अमनी तीन नंबर ग्राउंड से भी टीम आई है खराब की टीम मेरे जित के गई है रेफरी आओ बई यार मैं बेनती करदा वीर जी मैच दे शुरू करा के जाओ यार आगे किनारा रेफरी दे लगो फिर खराब की टीम पहला जित के गई है सीनियर टीम आ देखो लाइव चल रहा देशा विदेशा जिदा बाजा मारते चंगे नहीं लगते वीर जी आप शेयर भी करी चलो शेयर वीरे 15 ते 14 ਸ਼ਾਹਪੁਰ ਦੇ ਕਰਾਰ ਦਾ ਮੈਚ ਹੈ ਕਿਨਾਂ ਦਾ ਮੈਚ ਤੇ ਕਰਾ ਕੇ ਜਾਓ ਪਤਾ ਹਰ ਰੋਜ਼ ਦਾ ਵੀ ਜੇਤੂ ਟੀਮ ਨੇ ਰੈਫਰੀ ਲੱਗਣਾ ਹੈ ਹੁਣ ਕਾ ਟਾਈਮ ਵੀ ਮਾਰੀ ਗਿਆ ਤਾਂ ਯਾਰ ਅੱਧਾ ਘੰਟਾ ਹੋ ਗਿਆ ਗਰਾਊਂਡ ਵਿਹਲਾ ਪਿਆ ਲੈ ਮੈਚ ਨਹੀਂ ਚੱਲਿਆ ਉੱਥੇ ਦੇਖੋ ਬਾਈ ਯਾਰ ਮੈਂ ਵੀ ਬਾਵਾ ਬਾਜਾ ਮਾਰੀਆਂ ਭਰਾ ਵੜ ਕੇ ਯਾਰ ਐਵੇਂ ਨਾ ਕਰੀਏ ਆਪਾਂ ਦੇਖੋ ਬੜਾ ਹਾਜ਼ਰ ਹੀ ਦੱਸ ਮੇਰਾ ਵੀ ਰੈਫਰੀ ਰੈਫਰੀ ਨਹੀਂ ਪੁੱਛਦਾ ਤੇ ਕਿਤੇ ਚਾਰ ਬੰਦ ਕੱਟ ਦੋ ਪੰਜ ਦੱਸ ਅਗਲੇ ਰਾਈਟ ਬਾਲ ਰਾਈਟ ਬਾਲ लास्ट नंबर आ गया ललोसी का लास्ट नंबर प्राइस भाई 21,000 है फास्ट 21,000 भाई सोनीपत नहीं है जी लास्ट नंबर आ भाई ललोसी का लास्ट नंबर हाँ जी हाँ जी अमर चहल सारिया टॉप टीम आई भाई अगला मैच अंकित बथरेड़ी कमल जयपुर टीटू जयपुर का होना रवि भादरगढ़ सज्जन स्तीर वाली ना नंदगढ़ नाल हाले पता कोई नी एक तारी मारो मारो जेड़े कहिंदे यूपी वाले मुंडे थोड़ा जी मार सकदे आ ते होर भाई एक तारी ओ मार दो
शेरू अजे नहीं पहुंचा सी बरे चौदह ते सोलह की टक्कर कराओ जी मैच बहुत बहुत धन्यवाद फिर यार एवे ना करिए आप मेरी बेनती है चौदह ते सोलह शेयर कर दो शेयर बरे चौदह यूपी सात्री सोलह जादू सहारन माजरा लंबा ललूसी बहुत तगड़ा मैच है भाई चौदह ते सोलह की टक्कर दर्शा दो जे आ गया पंडा खड़ा ये यूपी जीत गई 2100 दलवीर मलोक कनेडा वालों ये यूपी वाले मुंडे आ मैं जीत गए ते दलवीर मलोक कनेडा वालों 2100 दे नाल मान कीते जानगे आ मैच जीत गई टीम यूपी दी ते वड्डे मान सम्मान जेड़े 2100 दे नाल कनेडा वाले साडे वीर वालों कीते जानगे ओ पल्ले 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 दी टक्कर पटाके पेंदे आ काके 1416 बरे होई पई आ जिवें तारा कहंदा हुंदा वी दुनिया ਤਿਆਰ ਹੋਈ ਪਈ ਆ ਚੌਦਾਂ ਤੇ ਸੋਲਾਂ ਦੀ ਟੱਕਰ ਮੈਚ ਬਰਾਬਰੀ ਦੇ ਆ ਵੀ ਤੂੰ ਜਿਸ ਤਰ੍ਹਾਂ ਤੇ ਵੀ ਤੁਰਦਾ ਏ ਜਿਸ ਮੋੜ ਤੇ ਮੁੜਦਾ ਏ ਉਸੇ ਤੇ ਟੱਕਰ 1416 ਸ਼ੇਅਰ ਕਰੀ ਚਲੋ ਵੀਰੇ ਇੱਕ ਕੇ ਤਾਂ ਲਾ ਦੋ ਐਡੇ ਤਗੜੇ ਮੈਚ ਨੂੰ ਬਈ ਕਿੰਨੇ ਕ ਜੁੜਿਆ ਯੂਪੀ ਵਾਲੇ ਸ਼ੇਅਰ ਕਰ ਦਿਓ ਵੀਰੇ ਰਾਮ ਰਾਮ ਰਕੇਸ਼ ਆਊ ਹੱਥ ਨਾ ਅੱਡਾਂਗੇ ਤੂੰ ਜੋ ਵੀ ਕਰਨਾ ਕਰ ਲਾ ਆਓ ਪੰਜ ਬਰਾਬਰ ਗੱਲ ਓਏ चौदह सोलह स्कोर अगला मैच अंकित पथरेड़ी रवि भादरगढ़ की टक्कर वरे भैन के पटाके कमल जयपुर से सचिन स्तीरा की टक्कर अगली दूजे पासे अंकित पथरेड़ी ओ पल्ले 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 बच बच मुड़दी है और इधरले पासे मैं तक रहा शेरे पंजाब फेडरेशन वालीबाल कच्ची लाई पेड एक बड़ा पेड है चांगली पेड का वरिंदर है सदा बड़ा भाई है बड़ा मान भाई ओ सिरा होए शास्त्री दर्शक प्रेमी आउट बार आउट बार
16 15 6 ਅਸ਼ਕ ਪ੍ਰੇਮੀ ਜੁੜਿਆ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਵਾਰ ਕੱਕੀ ਲਾਈਵ ਪੇ ਦੇ ਨਾਲ ਤੇ ਮੇਲਾ ਭਾਜੋ ਬੱਤਿਆ 16 15 ਵੀਰੇ 16 15 ਲਾਸਟ ਪੁਆਇੰਟ ਗਲੋਸੀ ਲੰਬੇ ਦਾ ਔਰ ਸਾਹਮਣੇ ਚਾਂਗਲੀ ਦਾ ਮੇਲਾ ਕਹਿੰਦੇ ਭਾਜੋ ਬੱਤਿਆ ਵੀ ਕੌਣ ਜਿੱਤੂ ਤੇ ਕੌਣ ਸਿੱਖੂ ਇਹ ਸ਼ੱਕ ਤੇ ਰਹਿਣੀ ਆ ਤੇ ਮੇਲਾ ਚਾਂਗਲੀ ਦਾ ਧੱਕਦਾ ਪੈਣੀ ਹੈ ਮੇਲਾ ਕਹਿੰਦੇ ਮਿੱਤਰਾਂ ਨੇ ਕਰਵਾਤਾ ਬੱਲੇ ਬੱਲੇ ਹੋਈ ਪਈ ਆ ਨਾਤਗਰ ਤੇ ਇਹਨੂੰ ਬਾਅਦ ਪਥਰੇੜੀ ਦੀ ਤਾਂ ਖੜਕਣੀ ਆ ਨਾਤਗਰ ਤੇ ਪਥਰੇੜੀ ਵਾਲੇ ਮੁੰਡੇ ਨੇੜੇ ਆ ਜਾਣ ਮੈਂ ਬੇਨਤੀ ਕਰਦਾ ਵੀਰਾਂ ਨੂੰ ਅਗਲਾ ਮੈਚ ਖੇਡਣ ਦੇ ਲਈ ਚਾਰ ਨੰਬਰ ਗਰਾਊਂਡ ਤੇ ਰੈਫਰੀ ਆ ਗਿਆ ਦੱਸੀ ਬਣੀ ਬਣੀ ਕਰਵਾ ਵਾਲਿਆਂ ਦੇਖੋ 16 ਤੇ 15 ਵੀਰ ਬਣ ਕੇ ਨਾ ਕਰਿਆ ਕਰੋ ਕਰਮਵੀਰ ਤੇ ਫੇਰ ਮਿੱਤਰਾ ਲੋਕਾਂ ਨੇ ਵੀਡੀਓ ਕੱਟ ਕੱਟ ਕੇ ਪਾਉਣੀ ਆ ਰਾਈਟ ਬਾਰ ਰਾਈਟ ਬਾਰ ਰਾਈਟ ਬਾਰ 16 ਹੋ ਗਏ ਅਗਲਾ ਮੈਚ ਬਈ ਰਵੀ ਬਹਾਦਰਗੜ੍ਹ ਕੇ ਸਾਥ ਕਮਲ ਜੈਪੁਰ ਕੇ ਸਾਥ ਰਵੀ ਔਰ ਸਚਿਨ ਕਾ ਮੈਚ ਜਿੰਨੇ ਵੀ ਚਾਂਗਲੀ ਦੇ ਭਰਾ ਜੁੜਿਆ ਲਾਈਵ ਐਨ ਆਰ ਆਈ ਸਾਰਿਆਂ ਦਾ ਵੈਲਕਮ ਬਈ ਇੱਕ ਵਾਰ ਨਾਂ ਲੈ ਕੇ ਹਾਜ਼ਰੀ ਜ਼ਰੂਰ ਲਵਾ ਦਿਓ ਜਿੰਨੇ ਚਾਂਗਲੀ ਦੇ ਐਨ ਆਰ ਆਈ ਭਰਾਈ ਲਾਈਵ ਜੁੜੇ ਹੋ ਸਿਰਾ ਮੈਚ 16 ਬਰਾਬਰ 16 ਮੀਤ ਇੱਕ ਕੇ ਵੀ ਹੋ ਗਿਆ ਬੋਲਦਾ 5500 ਬੋਲਦਾ ਵੀਰੇ ਕੌਣ ਲੈ ਗਿਆ ਧੰਨਵਾਦ ਕਮਲ ਖਿੱਚ ਕੇ ਰੱਖੋ ਕੰਮ ਧੰਨਵਾਦ ਧੰਨਵਾਦ ਇੱਕ ਕੇ ਕਰ ਲਈ ਖਿੱਚੋ ਕੰਮ ਨੂੰ ਹੋਰ ਵੀਰੇ ਜੱਸਾ ਆਇਆ ਵੀਰੇ ਸਾਰੇ ਪਲੇਅਰ ਆਏ ਗਿਆ ਜੀ ਕਮਲ ਜੈਪੁਰ ਵਰਗੇ ਡੀਡੂ ਜੈਪੁਰ ਵਰਗੇ ਅੰਕਿਤ ਪਥਰੇੜੀ ਵਰਗੇ ਸਾਰੇ ਆਏ ਪਿਆ ਬਾਈ ਮੇਲਾ ਕਰਵਾਇਆ ਤੇ ਮੇਲਾ ਸਫਲਾ ਮਿੱਤਰਾ ਗਰਾਊਂਡ ਦੇ ਵਿੱਚ ਪਰ ਜਾਦੂ ਯਾਰ ਜਾਦੂ ਨੰਬਰ ਜੋੜ ਗਿਆ 19 ਤੇ ਬਾਕੀ ਗੇਮ 19 ਦੀ ਸਾਲੇ 19 ਦੀ ਗੇਮ ਹੋਗੀ 19 ਦੀ 19 ਦੀ 19 ਦੀ ਗੇਮ ਆ ਬਾਈ ਜੀ 19 ਨੰਬਰਾਂ ਦਾ 19 ਨੰਬਰਾਂ ਦਾ ਲੋਕੋ ਆਉਣਾ ਸਵਾਦ ਤੇ ਤਾੜੀ ਤੂੜੀ ਓਏ 19 ਦੀ ਗੇਮ ਹੋਗੀ 19 ਦੀ ਵੀਰੇ ਹੋ ਗਿਆ ਕੀ ਮਿੱਤਰਾ ਓਕੇ ਓਕੇ ਕ੍ਰਿਸ਼ਨ ਜੋਨ ਸ਼ੇਅਰ ਕਰੋ ਖਿੱਚ ਕੇ ਵੀਰੇ 19 ਦੇ ਬਾਕੀ ਗੇਮ ਬਈ ਹੋਣਾ ਕੀ ਆ ਮਿੱਤਰਾ ਚਾਂਗਲੀ ਦੇ ਵਿੱਚ ਮੇਲਾ ਤੇ ਮੇਲਾ ਭਰ ਜੁਗਣ ਦੇ ਉੱਤੇ ਆ ਹੱਲਾ ਗੁੱਲਾ ਹੋਇਆ ਪਿਆ ਗੱਲਾਂ ਬਾਤਾਂ ਵੱਡੀਆਂ ਨੇ 16 16 ਦੀ ਟੱਕਰ ਜਿਹੜੀ16 16 ਬਰਾਬਰ 19 ਦੀ ਗੇਮ ਹੋ ਗਈ ਯਾਰ ਬੜਾ ਸਿਰਾ ਖੇਡੀ ਹੋਈ ਆ ਦੋਨੋਂ ਟੀਮਾਂ ਯਾਰ ਗਲੋਸੀ ਵਰਸੇ ਯੂਪੀ ਸ਼ਾਸਤਰੀ ਪਰ ਗਰਾਊਂਡ ਨੰਬਰ 1 ਦੇ ਵਿੱਚ ਵੀ ਮੁਕਾਬਲਾ ਸੋਹਣਾ ਖੇਡਿਆ ਜਾ ਰਿਹਾ ਹੈ ਤਿੰਨ ਦੀਆਂ ਵੀ ਗੱਲਾਂ ਬਾਤਾਂ ਵੰਡੀਆਂ ਨੇ ਤੇ 4 ਦੇ ਵਿੱਚ ਵੀ ਮੈਚ ਜਿਹੜੇ ਬੜੇ ਸੋਹਣੇ ਖੇਡੇ ਜਾ ਰਹੇ ਆ ਬਿੰਦਰਾ ਹਰ 4 ਗਰਾਊਂਡ ਭਰਾਵਾਂ ਨੇ ਤਿਆਰ ਕੀਤੇ ਆ ਤੇ 4 ਦੇ 4 ਗਰਾਊਂਡਾਂ ਦੀ ਗੱਲਬਾਤ ਵੱਡੀ ਆ
ਬਸ ਅਗਲਾ ਹੀ ਆ ਨਾ ਤਿਆਰ ਰਹੋ ਨੇੜੇ ਸਾਰੇ ਬੰਦੇ ਆ ਕੋਈ ਨੀ ਫਿਰ ਬਸ ਦੋ ਤਾਂ ਨੰਬਰ ਰਹਿ ਗਏ ਤੇ ਓਕੇ 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 ਮਾੜਾ ਖਿੱਚ ਕੇ ਸ਼ੇਅਰ ਕਰੋ ਬਾਈ ਰਕੇਸ਼ ਆਊ ਕਾਤਰੋਂ ਹਰਗੀ ਰੂੜੇ ਵਾਲੀ ਨੂੰ ਵੀਰੇ ਹੈਲੋ चांगली दा मेला बाबा तरना जी दी अपरपार कृपा लास्ट नंबर ललोसी दा लास्ट नंबर अगला मैच कमल जयपुर अंकित पथरेड़ी की टक्कर होनी है रवि भद्रगढ़ सजन सतीर वाली नाम बाल चेंज कर भरा बन के रूपी सहारत बाजरा जी कैमरे सामने यूपी सातरी दूजे पाए ललोसी भगड़े पैन गए लास्ट नंबर लब्या फरतारी एक पॉइंट नेड़े ते मेरे मित्रों राजस्थान वाला भी हसदा भी रौला रप्पा बड़ा पिया होया राजस्थान वाले भी आए ने भरा सदे अगले मैच पता लगना जयपुर वाले कैम चढ़ती है दलवीर कहना वीर कहना भी जीरा कोई हिसाब किताब रहा अज ने आ जाओ लाइव ने सारे हिसाब किताब जाने 41,000 भेजा वीर ने बड़े कपड़े लिए चांगली पिंड ने मैच बड़ा सोहना खेडा जा रहा है 16-18 की टक्कर वीरे जादूगरा 16-14 भैया चोटी बड़ा प्यारा मुंडे का पर लगता हुआ चोर ग्राउंड के अंदर लाओ सामने इधर ललकारे भी बज रहे हैं पर मैनू लगता 16-18 17-18
ਦਲਵੀਰ ਵੀਰੇ ਬੋਲਦੇ ਆ ਜੀ 1100 ਬੰਦਾ ਹੋ ਗਿਆ 1100 ਲਾਈਵ ਆਓ ਸਾਹਮਣੇ ਲਾਈਵ ਦੇ 1100 ਜੋ ਜਾਂ 10 ਵੀ ਕੀਦੇ ਲਈ 100 ਆ ਇਹਦਾ 537 ਦੇ ਹਾਂ ਉਧਰ ਗੇਮ ਵਾਲਾ ਇੱਧਰ 16 ਉਧਰ 17 ਵੀਰੇ ਸਤਾਰਾਂ ਤੇ ਅਠਾਰਾਂ ਵੀਰੇ ਸਤਾਰਾਂ ਅਠਾਰਾਂ ਯੂਪੀ ਵਾਲਾ ਕਹਿੰਦੇ ਖੇਡਾਂ ਤੇ ਭੂਰਾ ਨੈਟ ਤੇ ਖੇਡਦਾ ਇਹ ਮੁੰਡੇ ਨੇ ਪਿੰਡ ਵਾਲਿਓ ਮੋਟਰਸਾਈਕਲ ਜਿੱਤਿਆ ਇਹਦਾ ਉਹੀ ਲੱਗਦਾ ਸਿਰ ਵੀ ਫ੍ਰਿਜ ਦੀ ਮੋਟਰ ਵਰਗਾ ਇਹ ਤਗੜਾ ਬਹੁਤਾ ਸਤਾਰਾਂ ਅਠਾਰਾਂ ਵੀਰੇ ਹੋਈ ਪਈ ਆ ਸਤਾਰਾਂ ਦੇ ਅਠਾਰਾਂ ਹੋ ਗਏ ਬੱਲੇ 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 ਹੋਈ ਪਈ ਆ ਮੇਰੇ ਸਤਾਰਾਂ ਅਠਾਰਾਂ ਸ਼ੇਅਰ ਵੀ ਕਰੀ ਚਲੋ ਵੀਰੇ ਅਗਲਾ ਮੈਚ ਅੰਕਿਤ ਪਥਰੇੜੀ ਕਮਲ ਜੈਪੁਰ ਤੇ ਟੀਟੂ ਜੈਪੁਰ ਦੂਜੇ ਪਾਸੇ ਰਵੀ ਭਾਦਰਗੜ ਤੇ ਸਚਿਨ ਸਤੀਰ ਵਾਲੀ ਨੰਦਗੜ੍ਹ ਦੀ ਟੀਮ ਚੋਂ ਪਟਾਕੇ ਅਗਲੇ ਮੈਚ ਵੀ ਪੂਰੇ ਪੈਣਗੇ ਵਿੱਕੀ ਇੰਗਲੈਂਡ ਵਧੀਆ ਬਈ ਨਾਲ ਰਵੀ ਵਰਗੇ ਵੀਰ ਆ ਸਾਡੇ ਹਰਮਨ ਨੈਟ ਤੇ ਖੇਡਦਾ ਮੁੰਡਾ ਸਿੱਖ ਸਰਦਾਰ ਬਹੁਤ ਸੋਹਣੀ ਖੇਡਦਾ ਮਾਲਕ ਆ ਉਧਰ ਵਿੱਕੀ ਆ ਇੰਗਲੈਂਡ ਵਾਲਾ ਭਰਾ ਸਾਡਾ ਲਾਈਵ ਤੱਕ ਰਿਹਾ ਇਹਨਾਂ ਮੈਚਾਂ ਨੂੰ ਅੱਜ ਮਰਦਾ ਹੇੜੀ ਦੇ ਅੰਗਰੇਜ਼ ਦਾ 7100 ਦੀ ਨਗਦ ਰਾਸ਼ੀ ਦੇ ਨਾਲ ਔਰ ਟੀਮ ਦਾ 13000 ਦੀ ਨਗਦ ਰਾਸ਼ੀ ਦੇ ਨਾਲ ਤੇ ਨਾਲ ਕਿੱਟਾਂ ਵੀ ਦਿੱਤੀਆਂ ਜਾਣਗੀਆਂ ਅਠਾਰਾਂ ਬਰਾਬਰ ਹੋ ਗਏ ਅਠਾਰਾਂ ਬਰਾਬਰ ਵੀਰੇ ਅਠਾਰਾਂ ਬਰਾਬਰ ਜੀ ਅਠਾਰਾਂ ਬਰਾਬਰ ਹੋ ਗਏ ਜੀ ਪੂਰਾ ਤਕੜਾ ਮੈਚ ਆ ਵੀਰੇ 18 ਬਰਾਬਰ ਧੰਨਵਾਦ ਜੀ ਹਰਮਨ ਬਰਾੜ ਪ੍ਰੀ ਕੁਆਟਰ ਮੈਚ ਚੱਲੀ ਜਾਂਦੇ ਪ੍ਰੀ ਕੁਆਟਰ ਵੀਰੇ ਕੁਆਟਰਾਂ ਦੇ ਨੇੜੇ ਤੇੜੇ ਆਪਾਂ 52 ਟੀਮਾਂ ਆਈਆਂ ਤਕਰੀਬਨ 18 ਬਰਾਬਰ ਅਗਲਾ ਮੈਚ ਅੰਕਿਤ ਪਥਰੇੜੀ ਕਮਲ ਜੈਪੁਰ ਤੇ ਰਵੀ ਅਰਗੇ ਆਪਣੋ ਸਾਹਮਣੇ ਹੋਣਗੇ ਵੀਰੇ ਕਮਲ ਜੈਪੁਰ ਦਾ ਨੈਕਸਟ ਮੈਚ ਹੈ ਬਾਈ ਰਵੀ ਭਾਦਰਗੜ ਕੇ ਸਾਥ ਜਿੰਨੇ ਵੀ ਪਿੰਡ ਦੇ ਚਾਂਗਲੀ ਦੇ ਐਨ ਆਰ ਆਈ ਭਰਾ ਜੁੜਿਓ ਇੱਕ ਵਾਰ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਵਾਇਓ ਚਾਂਗਲੀ ਦੇ ਐਨ ਆਰ ਆਈ ਕਿੰਨੇ ਕੁ ਲਾਈਵ ਨੇ ਤਾਂ ਜੋ ਮੈਚ ਚ ਨਾਮ ਅਨਾਊਂਸ ਕਰਵਾ ਦੀ ਆਪਾਂ ਚਾਂਗਲੀ ਵਾਲੇ ਜ਼ਰੂਰ ਕਮੈਂਟ ਕਰਨ ਬਾਈ ਜਿਹੜੀ ਮਰਜ਼ੀ ਜਿੱਤ ਜੇ ਜਿੱਤਗੀ ਵਾਲੀਬਾਲ ਜਿੱਤੂਗੀ ਵਾਲੀਬਾਲ ਜਿੱਤੂਗੀ ਵਾਲੀਬਾਲ ਸੋਰੀ ਯੂਪੀ ਜਿੱਤ ਗਈ ਵੀਰੇ ਭੰਗੜੇ ਪਵਾ ਤੇ ਯੂਪੀ ਵਾਲਿਆਂ ਨੇ ਯੂਪੀ ਜਿੱਤ ਗਈ ਯੂਪੀ ਬਾਈ ਜੀ ਇਹ 100 ਆਪਕਾ 100 ਆਪਕੇ ਲਈ ਥਾ ਕਮਲ ਜੈਪੁਰ ਤੇ ਅੰਕਿਤ ਪਥਰੇੜੀ ਦੋਨੋਂ ਟੀਮਾਂ ਨੂੰ
1100 ਦਾ ਸਰਮਾਨ ਭਾਈ ਯਾਰ ਲੋਸ਼ੀ ਵਾਲਾ ਲੰਬਾ ਆਵੇ ਟੀਮ ਨੂੰ 1100 ਦੀ ਨਗਰਾਸੀ ਦੇ ਨਾਲ